ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅਖੌਤੀ ਜਥੇਦਾਰ ਕੀ ਕਹਿੰਦੇ ਹੁੰਦੇ ਜਿਹਨੂੰ ਤੁਸੀਂ ਆਪਣੀ ਦੇਵਨਾਗਰੀ ਦੇ ਵਿੱਚ ਕਥਾ ਕਥਿਤ ਕਥਾ ਕਥਾ ਕਥਿਤ ਕਥਿਤ ਸੋ ਕਾਲਡ ਸੋ ਕਾਲਡ ਨੰਬਰ ਜੀ ਇੱਕ ਨਾਲ ਆਟ ਹੈ ਅਸੀਂ ਆਪਾਂ ਘਰ ਦਾ ਲਾਈਏ ਇਕਬਾਲ ਸਿੰਘ ਦਾ ਘਰ ਦਾ ਲਾ ਕੇ ਵੇਖ ਲਓ ਘਰ ਦਾ ਲਾ ਕੇ ਵੇਖੀਏ ਕਿਉਂਕਿ ਨੰਬਰ ਮੈਂ ਸਾਰੇ ਮੰਗਾ ਲਏ ਨੇ ਅੱਜ ਤੇ ਪੁੱਛੀ ਉਹਨਾਂ ਨੂੰ ਜਰਾ ਬਿਠਾਈਏ ਜਰਾ ਉਹਨਾਂ ਨੂੰ ਕੀ ਕਰਦੇ ਨੇ ਇਸ ਵੇਲੇ ਸੁੱਤੇ ਹੋ ਸਾਰੀ ਕੌਮ ਜਾਗਣ ਡਈ ਹੈ ਸਿਮਰਨ ਕਰਦੇ ਹੋਣੇ ਆ ਔਰ ਇਸ ਵੇਲੇ ਕੀ ਕਰਨਾ ਉਹਨਾਂ ਨੇ ਠੰਡ ਵੀ ਬਹੁਤ ਪੈ ਰਹੀ ਆ ਵੀ ਇੱਕ ਬੰਦੇ ਸੁੱਤੇ ਥੋੜੀ ਨੇ ਚਲੋ ਆਪਾਂ ਘਰ ਦਾ ਲਾ ਕੇ ਵੇਖਨੇ ਆ 612-264-21 ਲਓ ਜੀ ਟਰਾਈ ਕਰਦੇ ਆ ਸ਼ਾਇਦ ਹੋ ਜਾਏ ਕੋਈ ਕਰਾਮਾਤ ਬਿਲਕੁਲ ਇਹ ਵੀ ਕਰਾਮਾਤ ਹੀ ਆ ਬਾਬਾ ਜੀ ਆ ਗਿਆ ਜੀ ਗਿਆ ਜੀ ਗਿਆ ਗਿਆ ਹੈਲੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਇਹ ਆਪਣਾ ਭਾਈ ਇਕਬਾਲ ਸਿੰਘ ਜੀ ਬੋਲਦੇ ਨੇ ਜੀ ਨਹੀਂ ਜੀ ਅਸੀਂ ਸੇਵਾਦਾਰ ਆ ਇਸ ਵੇਲੇ ਇਕਬਾਲ ਸਿੰਘ ਸੋਏ ਹੋਏ ਨੇ ਤੇ ਜੇ ਉਹਨਾਂ ਨੂੰ ਕਹੋ ਜੀ ਉਹਨਾਂ ਦੇ ਬੜੇ ਮੈਂ ਮੇਰੇ ਬੜੇ ਅਜੀਜ਼ ਮਿੱਤਰ ਨੇ ਉਹਨਾਂ ਨੂੰ ਕਹੋ ਵੀ ਪ੍ਰਭਦੀਪ ਸਿੰਘ ਨੇ ਯੂਕੇ ਤੋਂ ਮਾਰ ਰਹੇ ਨੇ ਫੋਨ ਤੇ ਉਹ ਜਾਣਦੇ ਨੇ ਮੈਨੂੰ ਜੇ ਤੁਸੀਂ ਗੱਲ ਕਰਵਾ ਦਿਓ ਵੇਖੋ ਜੀ ਉੱਠ ਪੈਣ ਤੇ ਤੁਸੀਂ ਉਹਨਾਂ ਨੂੰ ਕਾਲ ਕਰੋ ਨਾ ਉਹਨਾਂ ਦਾ ਨੰਬਰ ਆਪਣਾ ਮੋਬਾਈਲ ਤੇ ਕਰੀਏ ਜੀ ਹਾਂਜੀ ਮੋਬਾਈਲ ਦਾ ਨੰਬਰ ਕਰੋ ਆਪਣਾ ਕਰਨਗੇ ਅਸੀਂ ਅੱਛਾ ਤੇ ਉਹ ਸੌਂਦੇ ਕਿੰਨਾ ਚਿਰ ਨੇ ਜੀ ਮਤਲਬ ਸਵੇਰੇ ਕਿੰਨੇ ਕੁ ਵਜੇ ਮੇਰੇ ਕਹਿਣ ਤੋਂ ਪਾਵਰ ਹੁੰਦੇ ਨੇ ਹੁਣ ਤਾਂ ਸੋਏ ਹੋਣਗੇ ਅੱਛਾ ਜੀ ਚਲੋ ਠੀਕ ਹੈ ਜੀ ਧੰਨਵਾਦ ਤੁਹਾਡਾ ਤੁਸੀਂ ਆਪਣਾ ਇਸ ਵੇਲੇ ਫੋਨ ਚੱਕਿਆ ਨੰਬਰ ਲੈ ਲਓ ਉਹਨਾਂ ਦੇ ਲੜਕੇ ਲੜਕੇ ਦਾ ਨੰਬਰ ਲੈ ਲਓ ਤੇ ਉਹਨਾਂ ਦਾ ਲੜਕੇ ਦਾ ਨੰਬਰ ਦਿਓ ਨੰਬਰ ਦਿਓ ਜੀ ਬਿਲਕੁਲ ਇੱਕ ਮਿੰਟ ਜੀ ਦਿਖਾਓ ਜੀ ਲਓ ਜੀ ਉਹਨਾਂ ਦਾ ਲੜਕੇ ਦਾ ਲੈਣਾ ਕਿ ਬਾਬਾ ਜੀ ਦਾ ਲੈਣਾ ਮੈਨੂੰ ਦੋਵੇਂ ਹੀ ਦੇ ਦਿਓ ਜੀ ਇੱਕ ਮਿੰਟ ਮੈਂ ਲਿਖ ਰਿਹਾ ਹੋਲਡ ਕਰਿਓ ਮਾੜਾ ਜਿਹਾ ਲਿਖੋ 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 ਜੀ ਬਾਈ ਗਿਆਨੀ ਇਕਬਾਲ ਸਿੰਘ ਗਿਆਨੀ ਇਕਬਾਲ ਸਿੰਘ ਹਾਂ ਹਾਂਜੀ ਦੱਸਿਓ ਜੀ ਕੀ ਨੰਬਰ ਹੈ 980 ਟੋਟਲ ਜੋੜ ਦੇਖ ਲੋ ਦਸ ਨੰਬਰ ਹੋ ਗਿਆ ਨਾ ਨਹੀਂ ਜੀ ਦਸ ਨੀ ਜੀ ਹੋਏ ਜੀ ਨੌ ਹੋਏ ਜੀ ਇਹ ਘੱਟ ਰਹਿੰਦੇ ਨੇ ਜੀ ਨੰਬਰ ਕੈਸੇ ਦਸ ਹੋ ਗਿਆ ਅੱਛਾ 980-187-111-3 ਠੀਕ ਹੈ ਹੋ ਗਿਆ ਜੀ ਦਸ ਹਾਂ ਠੀਕ ਹੈ ਠੀਕ ਅੱਛਾ ਉਹਨਾਂ ਦਾ ਲੜਕੇ ਦਾ ਨੰਬਰ ਲਿਖੋ ਉਹਨਾਂ ਦਾ ਦੇ ਨੰਬਰ ਲੜਕੇ ਦਾ ਦੇ ਦਿਓ ਸਭ ਉੱਠਣਗੇ ਹਾਂਜੀ 800-22 ਹਾਂਜੀ 22-3-0-0-0 ਹੋ ਗਿਆ ਨਾ ਹਾਂਜੀ 3-0-0-0 ਇੱਕ ਜੀਰੋ ਹੋਰ ਕਰੋ 4-0 ਹੋ ਗਿਆ ਲਓ ਜੀ 4-0 ਲਾ ਦਿੱਤੀਆਂ ਜੀ ਉਹਨਾਂ ਦੇ ਲੜਕੇ ਦਾ ਨਾਮ ਨੋਟ ਕਰ ਲਓ ਗੁਰਪ੍ਰਸਾਦ ਸਿੰਘ ਵਾਹ 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 ਗੁਰਪ੍ਰਸਾਦ ਕੀ ਬਾਤ ਹੈ ਜੀ ਠੀਕ ਹੈ ਲਿਖ ਲਿਆ ਜੀ ਇਸ ਕਰਕੇ ਉਹਨੇ ਪਿਛਲੀਆਂ ਬੰਦ ਕਰ ਦਿੱਤਾ ਇਸ ਚੱਕਣ ਤੋਂ ਪਹਿਲੇ ਤੇ ਲਓ ਜੀ 0091-1-0091-9808-0187-111-3 ਵੱਡੇ ਸੇਵਾਦਾਰਾਂ ਨੂੰ ਕਰੋ ਵੱਡਿਆਂ ਨੂੰ ਕਰੀਏ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਲੱਗਾ ਨਹੀਂ ਜੀ ਇਸ ਟਿਊਨ ਕੋ ਕਾਪੀ ਕਰਨੇ ਕੇ ਲਿਏ ਸਟਾਰ ਦਬਾਏ ਔਰ ਕਨਫਰਮ ਕਰਨੇ ਕੇ ਲਿਏ ਆਏ ਹੋਏ SMS ਪਰ ਰਿਪਲਾਈ ਕਰੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕੀ ਫਤਿਹ
ਮਹਾਂਪੁਰਖੋ ਜਾਗਦੇ ਨੇ ਜੇ ਸੁੱਤੇ ਜੇ ਬੜੀ ਜ਼ਰੂਰੀ ਗੱਲ ਕਰਨੀ ਸੀ ਤੁਸੀਂ ਸੌਂ ਤੇ ਚਲੋ ਆਪਾਂ ਸਵੇਰੇ ਵੀ ਥੋੜਾ 10 ਮਿੰਟ ਘੰਟਾ ਸਾਡੇ ਕਰਕੇ ਸੌਂ ਲਿਓ ਤੇ ਜੇ ਗੱਲ ਕਰ ਪਾਓ ਤੇ ਬੜੀ ਖੁਸ਼ੀ ਹੋਏਗੀ ਸਾਨੂੰ ਨਾਲੇ ਤੁਹਾਨੂੰ ਮੈਂ ਯਾਦ ਕਰਾ ਦਿੰਦਾ ਮੈਂ ਕੌਣ ਬੋਲਦਾ ਆਪਣੀ ਬੜੀ ਪੁਰਾਣੀ ਮੀਟਿੰਗ ਹੋਈ ਸੀ ਤੇ ਉਸ ਤੋਂ ਬਾਅਦ ਆਪਣੀ ਮੀਟਿੰਗ ਵੀ ਕੋਈ ਨਹੀਂ ਹੋਈ ਤੇ ਨਾਲੇ ਆਪਾਂ ਸਾਂਝਾਂ ਪਾਈਏ ਵਿਚਾਰਾਂ ਦੀਆਂ ਹੈਲੋ ਤੁਹਾਡੇ ਕੋਲ ਚਿੰਤਾ ਨਾ ਕਰੋ ਨੰਬਰ ਆਇਆ ਚਲੋ ਜੀ ਇਹ ਤਾਂ ਹੁਣ ਗਏ ਆਪਾਂ ਸਰਦਾਰ ਜਗਤ ਸਿੰਘ ਜੀ ਹੋਰ ਟਰਾਈ ਕਰਨਾ ਕੋਈ ਵੱਡੇ ਸੇਵਾਦਾਰਾਂ ਨੂੰ ਕਰ ਲੋ ਇੱਕ ਆਪਣੇ ਕੋਲ ਜਗਿੰਦਰ ਸਿੰਘ ਦਾਤੀ ਦਾ ਵੀ ਆ ਗਿਆ ਜਗਤਾਰ ਸਿੰਘ ਅੱਡ ਗ੍ਰੰਥੀ ਦਾ ਵੇਖੋ ਜਿਹੜੇ ਆ ਤੇ ਇਹਨਾਂ ਨੇ ਥੱਲੇ ਵਾਲੇ ਜਿਹੜੇ ਨੇ ਵੱਡੇ ਸੇਵਾਦਾਰ ਲੱਭੀਏ ਸਹਾਇਕ ਨਹੀਂ ਸਹਾਇਕ ਗ੍ਰੰਥੀ ਵੀ ਨੀ ਚਾਹੀਦਾ ਮੋਹਣ ਸਿੰਘ ਇਹ ਵੀ ਨੀ ਚਾਹੀਦਾ ਆਪਾਂ ਨੂੰ ਇਕਬਾਲ ਸਿੰਘ ਦੌੜ ਗਿਆ ਗੁਰਬਚਨ ਸਿੰਘ ਦਾ ਆਹ ਟਰਾਈ ਕਰਕੇ ਵੇਖ ਲੈਂਦੇ ਆਪਾਂ ਕਰਦਾ ਤੁਸੀਂ ਵੇਖੋ ਆਵਾਜ਼ ਨੀ ਨਿਕਲ ਰਹੀ ਹੈ ਸਾਰੀ ਕੌਮ ਦੀ ਆਵਾਜ਼ ਇਹਨਾਂ ਨੇ ਬੰਦ ਕਰ ਦਿੱਤੀ ਹੈ ਤੇ ਆਪ ਇਸ ਵੇਲੇ ਆਵਾਜ਼ ਬੰਦ ਕਰ ਲੈਂਦੇ ਨੇ ਆਪ 98 96 146 ਉਨੱਤੀ ਇੱਕ ਨਹੀਂ ਮੈਂ ਮੋਬਾਈਲ ਦਾ ਲਾਇਆ ਜੀ ਕਰਦਾ ਨਿਆਣੇ ਨੂੰ ਸੁੱਤੇ ਹੁੰਦੇ ਕਿਉਂ ਨਿਆਣਿਆਂ ਨੂੰ ਤੰਗ ਕਰਨਾ ਮੋਬਾਈਲ ਦਾ ਲਾਓ ਲਾਗੇ ਰੱਖ ਕੇ ਸੌਂਦੇ ਨੂੰ ਕਰੰਟਲੀ ਸਵਿਚਡ ਆਫ ਪਲੀਜ਼ ਟ੍ਰਾਈ ਅਗੇਨ ਲੇਟਰ ਵੇਖੋ ਬੰਦਾ ਬੜਾ ਸ਼ੈਤਾਨ ਹੈ ਨਹੀਂ ਇਹਨੇ ਫੋਨ ਹੀ ਸਵਿਚ ਆਫ ਕਰਕੇ ਰੱਖਿਆ ਵੀ ਕੋਈ ਬੰਦਾ ਲਾਗੇ ਨਾ ਆਵੇ ਇੱਕ ਗੱਲ ਦੇਖੋ ਪਹਿਲਾਂ ਜਿਹੜੇ ਵੀਰ ਉੱਠੇ ਹੈ ਸੇਵਾਦਾਰ ਹੁਣ ਇਹਨਾਂ ਦੇ ਕਿਉਂ ਕਈਆਂ ਨਾਲ ਕਦੇ ਨਾ ਬਿਲਕੁਲ ਜਿਹੜਾ ਗਰਾਊਂਡ ਲੈਵਲ ਤੇ ਕੀ ਵਰਤਦਾ ਉਹਨਾਂ ਨਾਲ ਇਹ ਸੇਵਾਦਾਰ ਵੀ ਜਾਣਦੇ ਹੋਣਗੇ ਹਾਂਜੀ ਕਿਸ ਤਰ੍ਹਾਂ ਮਤਲਬ ਹੁਣ ਕਿਸੇ ਨੇ ਘਰੇ ਪ੍ਰੋਗਰਾਮ ਰਖਾਇਆ ਅਖੰਡ ਪਾਠ ਹੈ ਹਾਂਜੀ ਚਲੋ ਪੈਸੇ ਵਾਲੇ ਬੰਦਿਆਂ ਕਹਿਣਗੇ ਵੀ ਆਪਾਂ ਕਿਹਨੂੰ ਲਿਆਈਏ ਚੱਲ ਜਥੇਦਾਰ ਸਾਹਿਬ ਨੂੰ ਲਿਆਉਂਦੇ ਸਿੰਘ ਸਾਹਿਬ ਹੈ ਕੌਮ ਦੇ ਉਹਨਾਂ ਕੋਲ ਜਾਂਦੇ ਉਹ ਵੀ ਆ ਜਾਂਦੇ ਵੀ ਚੱਲ ਲਿਫਾਫਾ ਮਿਲੂ ਤੇ ਸਿੰਘ ਸਾਹਿਬ ਜਥੇਦਾਰ ਹੀ ਜਾਂਦੇ ਆ ਨਾਲ ਗਨਮੈਨ ਹੁੰਦੇ ਆ ਸੇਵਾਦਾਰ ਹੁੰਦੇ ਆ ਮਤਲਬ ਕਾਫੀ ਕਾਫਲਾ ਹੁੰਦਾ ਡਰਾਈਵਰ ਹੁੰਦਾ ਹਾਂਜੀ ਡਰਾਈਵਰ ਉੱਥੇ ਪਹੁੰਚ ਜਾਂਦੇ ਆ ਉਹ ਬਾਹਰ ਆ ਦੂਏ ਸੇਵਾਦਾਰ ਜਿਹੜੇ ਆ ਨਾ ਜਿਵੇਂ ਦੂਏ ਸੇਵਾਦਾਰ ਪਹਿਲਾਂ ਦੇ ਰਿਹਾ ਸੀ ਜਿਹਨੇ ਨੰਬਰ ਦਿੱਤਾ ਏਦਾਂ ਉਹਨਾਂ ਸੇਵਾਦਾਰ ਬਾਹਰ ਹੁੰਦੇ ਆ ਧੁੱਪ ਹੋਏ ਮੀਂਹ ਹੋਏ ਜਿੱਦਾਂ ਮਰਜ਼ੀ ਅੰਦਰ ਚਲੋ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੋ ਰਿਹਾ ਉਹਦਾ ਛੋਟਾ ਜਿਹਾ ਕਮਰਾ ਹੁੰਦਾ ਤਿੰਨ ਚਾਰ ਤਾਂ ਉੱਥੇ ਪਾਠੀ ਵਾਲੇ ਹੁੰਦੇ ਆ ਗਿਆਨੀ ਜੀ ਵਾਸਤੇ ਤੇ ਪਲੰਗ ਵੀ ਬੜੇ ਸਾਰਾ ਕੁਛ ਗੱਦੇ ਤੇ ਕਾਜੇ ਉਹ ਖਾਣ ਦਾ ਸਮਾਨ ਬਹੁਤ ਫਿਰ ਇਹ ਜਥੇਦਾਰ ਜੀ ਖਬਰ ਭੇਜਦੇ ਆ ਅੰਦਰੋਂ ਜਦ ਦੇਖ ਲੈਂਦੇ ਹਾਂ ਠੀਕ ਹੈ ਸਭ ਕੁਛ ਜਥਾ ਆਇਆ ਹੋਰ ਕਹਿੰਦੇ ਵੀ ਇੱਕ ਕੰਮ ਕਰੋ ਤੁਸੀਂ ਇੱਥੇ ਨੇੜਲੇ ਗੁਰਦੁਆਰੇ ਲੰਗਰ ਪਾਣੀ ਛਕਿਆ ਉਹਨਾਂ ਨੂੰ ਉੱਧਰ ਹੁਣ ਜਿਹੜਾ ਉਹ ਰਾਤ ਨੂੰ ਉੱਠਿਆ ਬੰਦਾ ਪੂਰਾ ਪਹਿਰੇ ਤੇ ਹੈ ਬਿਲਕੁਲ ਜਥੇਦਾਰ ਹੁਣੀ ਅੰਦਰ ਆਰਾਮ ਕਰ ਰਹੇ ਹੁੰਦੇ ਸੀਗੇ ਏਅਰ ਕੰਡੀਸ਼ਨ ਇਹ ਵਿਚਾਰੇ ਬਾਹਰ ਬੈਠੇ ਹੁੰਦੇ ਸੀ ਉਹ ਅੰਦਰ ਸੋਹਣਾ ਭੋਜਨ ਛਕ ਰਹੇ ਹੁੰਦੇ ਸੀਗੇ ਤੇ ਇਹਨਾਂ ਨੂੰ ਕੋਈ ਨੀ ਪੁੱਛਦਾ ਹੁੰਦਾ ਜਥੇਦਾਰ ਕਾਹਦੇ ਰਾਜਾ ਇੰਦਰ ਆ ਕੇ ਹਾਂਜੀ ਬਾਦਸ਼ਾਹ ਨੂੰ ਭੇਜਣਾ ਜੀ ਇਹਨਾਂ ਵਾਲੀ ਗੱਲ ਠੀਕ ਹੈ ਵੀ ਜਾਓ ਜਾ ਕੇ ਉੱਥੇ ਲੰਗਰ ਪਾਣੀ ਛਕਿਓ ਨਾਲ ਦੇ ਗੁਰਦੁਆਰੇ ਚ ਤੇ ਉੱਥੋਂ ਛਕਿਓ ਇਹ ਇੱਦਾਂ ਦਾ ਸਲੂਕ ਕਰਦੇ ਆਪਣੇ ਸੇਵਾਦਾਰਾਂ ਨਾਲ ਆਪਣੇ ਪੀਏ ਨਾਲ ਆਪਣੇ ਡਰਾਈਵਰਾਂ ਨਾਲ ਆਪਣੇ ਜਿਹੜੇ ਬੋਡੀ ਗਾਰਡ ਆ ਇਹ ਉਹਨਾਂ ਨੂੰ ਪਰਸਨਲ ਨੌਕਰ ਸਮਝਦੇ ਆ ਬਗੈਰ ਇਹਨਾਂ ਚ ਇਨਸਾਨੀਅਤ ਹੈ ਨੀ ਇਹਨਾਂ ਚ ਵੀ ਇਹ ਵੇਖੋ ਵੀ ਇਹ ਸਾਡਾ ਇੱਕ ਸਾਡੇ ਭਰਾ ਨੇ ਵੀ ਬੀਇੰਗ ਏ ਸਿੱਖ ਤੁਹਾਡੀ ਡਿਊਟੀ ਬਣਦੀ ਆ ਵੀ ਆਪਣੇ ਜਿਹੜੇ ਤੁਹਾਡੇ ਮੁਲਾਜ਼ਮ ਕਹਿ ਲਓ ਜਾਂ ਤੁਹਾਡੇ ਨਾਲ ਦੇ ਬੰਦੇ ਕਹਿ ਲਓ ਵੀ ਉਹਨਾਂ ਦਾ ਖਿਆਲ ਰੱਖਣਾ ਪੂਰਾ ਵੀ ਇਹਨਾਂ ਨੇ ਰੋਟੀ ਖਾ ਲਈ ਹੈ ਬਿਲਕੁਲ ਇਹਨਾਂ ਨੇ ਵੀ ਠੀਕ ਹੈ ਕਿਤੇ ਧੁੱਪੇ ਤੇ ਨੀ ਵਿਚਾਰੇ ਖੜੇ ਧੁੱਪੇ ਤੇ ਨੀ ਬੈਠੇ ਇਹਨਾਂ ਦੀ ਇੱਕ ਡਿਊਟੀ ਬਣਦੀ ਆ ਕਿਉਂਕਿ ਇਹ ਧਾਰਮਿਕ ਸ਼ਖਸੀਅਤ ਆਪਣੇ ਆਪ ਨੂੰ ਖਵਾਉਂਦੀਆਂ ਨੇ ਇਹ ਕੋਈ ਰਾਜਨੀਤਿਕ ਸ਼ਖਸੀਅਤਾਂ ਨਹੀਂ ਹੈਗੀਆਂ ਕੁੱਟ ਖਾਣ ਨੂੰ ਅਗਲੇ ਬੰਦੇ ਵਿਚਾਰੇ ਉਹ ਹੁੰਦੇ ਨੇ ਜਦੋਂ ਇਹਨਾਂ ਨੂੰ ਇਹਨਾਂ ਦੇ ਗਲ ਪੈਣਾ ਆਣ ਕੇ
ਬਿਲਕੁਲ ਉਦੋਂ ਕੁੱਟ ਉਹਨਾਂ ਨੂੰ ਪੈਂਦੀ ਹੈ, ਇਹ ਅੰਦਰ ਬੈਠੇ ਰਸਗੁੱਲੇ ਗੁਲਾਬ ਜਾਮਨ ਖਾਈ ਆਉਂਦੇ ਨੇ, ਲੱਡੂ ਖਾਈ ਆਉਂਦੇ ਨੇ, ਹੈ ਬੇੜਾ ਬਹਿ ਜੇ ਇਹਨਾਂ ਜਾਹਿਲਾਂ ਦਾ, ਪਤਾ ਨੀ ਕਿੱਥੋਂ ਅਸੀਂ ਇਹ ਪੋਪਿਜ਼ਮ ਜਿਹੜਾ ਵਾ ਨਹੀਂ ਮੈਂ ਵਿਹੜੇ ਚ ਲਿਆ ਕੇ ਵਾਲ ਲਿਆ, ਮੇਰੇ ਨਾਲ ਪਤਾ ਨੀ ਤੁਸੀਂ ਐਗਰੀ ਹੋ ਆਪਣਾ ਸਹਿਮਤ ਹੋਵੋ ਜਾਂ ਨਾ ਸਹਿਮਤ ਹੋਵੋ, ਮੇਰਾ ਓਪੀਨੀਅਨ ਇਹ ਆ, ਮੈਂ ਹਮੇਸ਼ਾ ਹੀ ਡਟ ਕੇ ਗੱਲ ਕਹਿੰਦਾ ਵੀ ਜਥੇਦਾਰੀ ਸਿਸਟਮ ਸਿੱਖੀ ਦੇ ਵਿੱਚ ਨਹੀਂ ਹੈਗਾ, ਇਹ ਗੁਰਮਤ ਸਿਧਾਂਤ ਦੇ ਬਿਲਕੁਲ ਉਲਟ ਆ, ਇਹ ਸੇਵਾਦਾਰ ਨੇ, ਇਹ ਗ੍ਰੰਥੀ ਨੇ, ਜਥੇਦਾਰੀ ਸਿੱਖੀ ਦੇ ਵਿੱਚ ਕੋਈ ਨੀ ਚਾਹੀਦੀ, ਜਿੰਨੀ ਦੇਰ ਤੱਕ ਤੁਸੀਂ ਜਥੇਦਾਰੀ ਸਿਸਟਮ ਨੂੰ ਰਿਜੈਕਟ ਨਾ ਕਰੋਗੇ, ਇਹਨੂੰ ਆਪਣਾ ਇਹ ਜੂੜਾ ਲਾ ਕੇ ਨਾ ਮਾਰੋਗੇ, ਤੁਸੀਂ ਉਹੋ ਹੀ ਤੁਸੀਂ ਪੱਥਰ ਯੁੱਗ ਦੇ ਵਿੱਚ ਤੁਰੇ ਫਿਰਨਾ, ਸਿੱਖ ਕੌਮ ਉਨੀ ਦੇਰ ਤੱਕ ਤਰੱਕੀ ਨਹੀਂ ਕਰ ਸਕਦੀ ਜਿੰਨੀ ਦੇਰ ਤੱਕ ਇਹਨਾਂ ਕੋਲ ਆਪਣਾ ਪਿਛੇ ਨਹੀਂ ਛਡਾਉਂਦੀ। ਵੇਖੋ ਜੀ ਅਸੀਂ ਤੇ ਇਹ ਗੱਲ ਆਪਾਂ ਤਾਂ ਸਪਸ਼ਟ ਕਰ ਚੁੱਕੇ ਹਾਂ ਵੀ ਸ਼ੇਰਾਂ ਦੀ ਕੌਮ ਦੇ ਅੱਗੇ ਤੁਸੀਂ ਭਰ ਦਿਓ, ਫਿਰ ਖਾਲੀ ਥਾਂ ਕੀ ਹੁੰਦੀ, ਕੌਣ ਜਥੇਦਾਰ, ਗਧੇ ਜਥੇਦਾਰ, ਬਿਲਕੁਲ ਗਧੇ ਜਥੇਦਾਰ, ਜਥੇਦਾਰ ਹੋਣਾ ਹੀ ਨਹੀਂ ਚਾਹੀਦੇ ਭਾਵੇਂ ਕੋਈ ਵੀ ਹੋਵੇ, ਕਿਉਂਕਿ ਇਹ ਇੱਕ ਰਾਜਨੀਤਿਕਾਂ ਦੇ ਹੱਥ ਕੰਡੇ ਨੇ, ਬਿਲਕੁਲ ਇਹ ਉਹਨਾਂ ਦੇ ਹੱਥ ਟੋਕੇ ਨੇ, ਬਿਲਕੁਲ ਇਹਨਾਂ ਦੀ ਆਪਣੀ ਕੋਈ ਹੈਸੀਅਤ ਹੈ ਨਹੀਂ, ਇਹਨੇ ਜੋਗੇ ਹੈ ਹੀ ਨਹੀਂ ਸਨਮਾਨਯੋਗ ਆਪਣੀ ਥਾਂ ਬਣਾ ਸਕਣ ਲੋਕਾਂ ਦੇ ਵਿੱਚ, ਨਾ ਇਹਨਾਂ 'ਚ ਇਹਨਾਂ ਵਿਦਵਤਾ ਹੀ ਹੈਗੀ ਆ, ਨਾ ਇਹਨਾਂ ਨੂੰ ਕੋਈ ਗੁਰਬਾਣੀ ਦੀ ਇੰਨੀ ਸੋਝੀ ਆ, ਕਿਉਂਕਿ ਅਖੰਡ ਪਾਠ ਕਰਦੇ ਤਾਂ ਵਿਚਾਰੇ ਆ ਗਏ ਆ। ਫਿਰ ਜਦੋਂ ਜਿਨ੍ਹਾਂ ਨੇ ਅਖੰਡ ਪਾਠ ਕਰਦੇ ਆਉਣਾ ਤੇ ਸਰਵ ਧਰਮ ਸੰਮੇਲਨ ਦੇ ਵਿੱਚ ਜਾ ਕੇ ਚਿੱਟੇ ਕੱਪੜੇ ਤੇ ਕਿਰਪਾਨ ਹੀ ਹੱਥ 'ਚ ਰਹਿ ਜਾਂਦੀ ਹੈ, ਵਿਚਾਰ ਤੇ ਕੋਈ ਨਿਕਲਦੀ ਨਹੀਂ, ਵਿਚਾਰ ਹੈ ਨਹੀਂ, ਵਿਚਾਰ ਇਹਨਾਂ ਕੋਲ ਹੈ ਨਹੀਂ, ਵਿਚਾਰ ਆ ਰਹਾ ਸਸਤੀ ਹੈ, ਵਿਚਾਰ ਏਡੇ ਬੇਵਕੂਫ ਨੇ, ਸਮਝਦੇ ਜੇ ਆਪਣੇ ਆਪ ਨੂੰ ਰੀਪ੍ਰੈਜ਼ੈਂਟੇਟਿਵ ਕੌਮ ਦੇ, ਬਿਲਕੁਲ ਤੇ ਤੁਹਾਡੇ ਪੱਲੇ ਥਾਊਟ ਹੀ ਹੈ ਨਹੀਂ, ਹਾਂਜੀ ਸਿੱਖੀ ਥਾਊਟ ਤੇ ਖੜੀ ਹੈ, ਸਿੱਖੀ ਥਾਊਟ ਤੇ ਗ੍ਰੰਥ ਗੁਰੂ ਤਾਂ ਵਾ, ਕਿਉਂਕਿ ਗ੍ਰੰਥ ਗੁਰੂ ਸਾਨੂੰ ਥਾਊਟ ਦਿੰਦਾ, ਸਾਨੂੰ ਰੈਗੂਲਰਾਈਜ਼ ਕਰਦਾ ਹੈ ਥਾਊਟ ਨਾਲ, ਤੇ ਉਹ ਥਾਊਟ ਤੁਹਾਡੇ ਕੋਲ ਹੈ ਨਹੀਂ, ਤੇ ਤੁਸੀਂ ਕਿਹੜੇ ਰੀਪ੍ਰੈਜ਼ੈਂਟ ਬੰਦੇ ਦੀ ਗੱਲ ਕਰ ਰਹੇ ਜੀ। ਮੇਰੇ ਖਿਆਲ ਇਕਬਾਲ ਦਾ ਹੀ ਸ਼ੇਅਰ ਹੈ, ਆਈ ਥਿੰਕ ਸੋ, ਜੇ ਮੈਂ ਗਲਤ ਹੋਵਾਂ ਤਾਂ, ਕਿਹਾ ਤਾਂ ਉਹਨੇ ਉਸ ਟਾਈਮ ਸੀ ਜਦੋਂ ਮੁਲਕ ਆਜ਼ਾਦ ਹੋਏ, ਉਹਨਾਂ ਦੇ ਜਿੰਨੇ ਰਾਈਟਰ ਹੁੰਦੇ ਆ ਨਾ, ਪੋਇਟ ਹੁੰਦੇ ਆ, ਉਹ ਥੋੜੀ ਗੱਲ ਚ ਬਹੁਤ ਬੜਾ ਸੰਦੇਸ਼ ਦੇ ਜਾਂਦੇ, ਮਸਲਾ ਇਹ ਉਹ ਆਪਣਾ ਸੁਣਿਆ ਕਈ ਵਾਰ ਆ, ਪਰ ਹੁਣ ਆਪਾਂ ਇੱਥੇ ਲਾਗੂ ਕਰੀਏ, ਇਹ ਫੁਲਵਾੜੀ ਦਿਖ ਰਹੀ ਹੈ ਗੁਰੂ ਨਾਨਕ ਦੀ, ਕਹਿੰਦਾ ਇੱਕ ਹੀ ਉੱਲੂ ਕਾਫੀ ਹੈ ਬਰਬਾਦ ਗੁਲਿਸ਼ਤਾ ਕਰਨੇ ਕੋ, ਹਰ ਸ਼ਾਖ ਮੇ ਉੱਲੂ ਬੈਠਾ ਹੈ ਅੰਜਾਮੇ ਗੁਲਿਸ਼ਤਾ ਕਿਆ ਹੋਗਾ, ਸ਼ਾਖ ਕੀ ਹੈ, ਬ੍ਰਾਂਚੇਸ ਤੁਸੀਂ ਪਹਿਲਾਂ ਕੀਤਾ ਕਿ ਅਭੀ ਫਲਾਣੀ ਬ੍ਰਾਂਚ ਹੋਣੀ ਹੈ ਸਾਡਾ ਅਕਾਲ ਤਖ਼ਤ, ਉੱਥੇ ਜਿਹੜੇ ਉੱਲੂ ਬੈਠੇ, ਫਿਰ ਗਾਂ ਇੱਕ ਉੱਲੂ ਜਿਹੜੇ ਹੁਣ ਸੌਂ ਉੱਠ ਕੇ ਉਹਦੇ ਰਾਤ ਨੂੰ ਜਾਗਣਾ ਚਾਹੀਦਾ ਸੀ ਉਹਨੂੰ, ਉਹ ਵੀ ਸੌਂ ਗਏ, ਬਿਲਕੁਲ ਉਹਨੇ ਦੇਖਿਆ ਕਿ ਮਤਲਬ ਇੰਜਾਮ ਗੁਲਿਸ਼ਤਾ ਕਿਆ ਹੋਗਾ। ਹੁਣ ਜਦ ਇੱਥੇ ਇਹਨਾਂ ਨੂੰ ਦੇਖਦੇ ਹਾਂ, ਫਿਰ ਗੁਰੂ ਨਾਨਕ ਦੀ ਫੁਲਵਾੜੀ ਨੂੰ ਦੇਖਦੇ ਹਾਂ, ਬਿਲਕੁਲ ਆਪਣੇ ਸਾਹਮਣੇ ਦੀਦਾ ਜਿਹੜਾ ਹੁਣ ਤੁਸੀਂ ਜ਼ਿਕਰ ਕਰਕੇ ਹਟੇ ਹੋ ਇਹਨਾਂ ਦਾ, ਆਹੀ ਕੁਛ ਹੋਣਾ, ਬਿਲਕੁਲ। ਪਰ ਹੈਰਾਨੀ ਦੀ ਗੱਲ ਇਹ ਆ ਵੀ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਲੋਕੀ ਇਹਨਾਂ ਦੇ ਹੁਕਮਨਾਮੇ ਕਰੀ ਜਾਂਦੇ ਆ, ਵੀ ਹੁਕਮਨਾਮੇ ਜਿਹੜਾ ਜਾਰੀ ਕਰਨ ਦਾ ਅਧਿਕਾਰ ਹੈ ਉਹ ਸਿਰਫ ਗੁਰੂ ਨੂੰ ਆ, ਇੱਕ ਬੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੁਕਮਨਾਮਾ ਜਾਰੀ ਕਰ ਸਕਦੇ ਆ, ਕੋਈ ਬੰਦਾ ਹੁਕਮਨਾਮਾ ਜਾਰੀ ਨਹੀਂ ਕਰ ਸਕਦਾ। ਵੇਖੋ ਹੁੰਦਾ ਵੀ ਆ, ਤੁਸੀਂ ਰੋਜ਼ ਹੁਕਮਨਾਮੇ ਜਾਰੀ ਹੁੰਦੇ ਵੇਂਦੇ ਜੇ ਗ੍ਰੰਥ ਦੇ, ਪਰ ਉਹਦੇ ਬਰਾਬਰ ਦੇ ਹੁਕਮਨਾਮਾ ਜਾਰੀ ਕਰਦੇ ਨੇ ਗੁਰੂ ਦੇ ਸ਼ਰੀਕ ਨੀ, ਇਹ ਕੂੜਨਾਮੇ ਇਹਨਾਂ ਦੇ, ਇਹ ਹੁਕਮਨਾਮੇ ਨਹੀਂ ਹੈਗੇ, ਜਦੋਂ ਇਹ ਉਹਦੇ ਬਰਾਬਰ ਕਹਿੰਦੇ ਨੇ ਵੀ ਹੁਕਮਨਾਮਾ ਹੈ, ਹਾਂਜੀ, ਤੇ ਤੁਸੀਂ ਇਹਨਾਂ ਨੂੰ ਦੇਹਧਾਰੀ ਗੁਰੂਆਂ ਵਾਂਗੂ ਗੁਰੂ ਦੇ ਸ਼ਰੀਕ ਨੀ ਮੰਨੋਗੇ, ਸ਼ਰੀਕ ਮੰਨੇ, ਹੁਕਮਨਾਮੇ ਦਾ ਹੱਕ ਕੇਵਲ ਤੇ ਕੇਵਲ ਗੁਰੂ ਤੋਂ ਆ, ਬਿਲਕੁਲ, ਵੀ ਕੀ ਉਹਨੇ ਹੁਕਮ ਕਰਨਾ ਹੈ, ਤੁਸੀਂ ਕੌਣ ਹੁੰਦੇ ਜੇ ਹੁਕਮਨਾਮੇ ਜਾਰੀ ਕਰਨ ਵਾਲੇ, ਤਨਖਾਹਦਾਰ ਕਿਸਮ ਦੇ ਮੁਲਾਜ਼ਮ, ਸੇਵਾਦਾਰ ਨੇ, ਆ ਬੰਦੇ ਤੁਹਾਡੇ ਨੂੰ ਫੋਨ ਲਾਇਆ ਸੀਗਾ, ਗੱਲ ਨੀ ਹੋਈ ਉਹਦੇ ਕੋਲ, ਹੈਂ, ਆਵਾਜ਼ ਨੀ ਉਹਦੇ ਮੂੰਹ ਦੇ ਵਿੱਚੋਂ ਨਿਕਲੀ, ਚਲੋ ਸੁੱਤਾ ਹੀ ਆ ਭਾਵੇਂ, ਸਾਨੂੰ ਵੀ ਸੁੱਤਿਆਂ ਨੂੰ ਫੋਨ, ਵੀ ਇਹ ਕੀ ਹਾਲ ਫੋਂਦਾ ਰਿਹਾ ਜਿਹੜਾ ਇੰਨਾ ਥੱਕ ਗਿਆ ਹੈ, ਹਾਂ ਵੀ ਕੀ ਇਹਨੇ ਕਿਤੇ ਟਾਲਾ ਵੱਢ ਕੇ ਲਿਆਂਦਾ, ਇਹਨੇ ਕਿੱਲਾ ਸਟਾਲਾ ਵੱਢ ਲਿਆਂਦਾ ਵੀ ਪੱਠੇ ਪਾਉਣੇ ਆ ਸਾਰੇ ਮੱਝਾਂ ਨੂੰ, ਬਿਲਕੁਲ, ਥੱਕਿਆ ਟੁੱਟਿਆ ਵੀ ਜਿਸ ਤਰ੍ਹਾਂ ਮਣ ਮਣ ਦੀਆਂ ਭਰੀਆਂ ਚੁੱਕਦਾ ਆਇਆ, ਕੋਈ ਨੀ ਕੋਈ ਨੀ, ਉਹ ਜਿੱਦਾਂ ਮੈਂ ਨਿਊਜ਼ੀਲੈਂਡ ਵਾਲਿਆਂ ਤੇ ਗਿਆ ਸੀ ਨਾ, ਇਹਨਾਂ ਦੇ ਵੀ ਨਾ ਅਸਲ ਦੇ ਵਿੱਚ ਉਹ ਚਾਹੀਦਾ ਪੁਰਾਣਾ ਜਿਹਨਾਂ ਜਿਹਦੇ ਉੱਤੇ ਲਿਖਿਆ ਹੁੰਦਾ ਨਾ, ਆਣ ਮਿਲੋ ਸੱਜਣੋ, ਤੁਮੰਨੇ ਪਕਾਰਾ ਔਰ ਹਮ ਚਲੇ ਆਏ ਪੱਟੇ ਤੇ ਲਿਖਿਆ, ਆਟੋਮੈਟਿਕ ਮਾਰੇ ਇਹਨਾਂ ਦੇ, ਦੂਜਾ ਨੀ ਜਾਣ ਲੱਗਣ ਫਿਰ ਕਬ ਮਿਲੋਗੇ,
ਫਿਰ ਕੰਮ ਮਿਲੋਗੇ ਸਨਮ ਉਹ ਲਿਖਿਆ ਹੁੰਦਾ ਨਾ ਤੇ ਬਿਲਕੁਲ ਤੇ ਫਿਰ ਕਦੋਂ ਆਓਗੇ ਹੁਣ ਬਸ ਇਹਨਾਂ ਦੀ ਸਰਵਿਸ ਹੋਣ ਵਾਲੀ ਹੋਰ ਕੁਛ ਨਹੀਂ ਇਹ ਸਾਡੀ ਕੌਮ ਨੇ ਮੋਢਿਆਂ ਤੇ ਚੱਕ ਹੁਣ ਪ੍ਰੋਬਲਮ ਇਹ ਪਈ ਆ ਵੀ ਆਹ ਜਿਹੜੇ ਹੁਣ ਆਹ ਜਿਹੜਾ ਸੰਤ ਸਮਾਜ ਬਣਿਆ ਹਾਂਜੀ ਵੇਖੋ ਵੀ ਗੁਰੂ ਸਾਹਿਬ ਨੇ ਖਾਲਸਾ ਪੰਥ ਬਣਾਇਆ ਵੀ ਤੁਸੀਂ ਗੁਰੂ ਦੇ ਸ਼ਰੀਕ ਬਣ ਕੇ ਨਾਲ ਇੱਕ ਹੋਰ ਆਪਣਾ ਸੰਤ ਸਮਾਜ ਬਣਾ ਲਿਆ ਵੀ ਖਾਲਸਾ ਸਮਾਜ ਆ ਖਾਲਸਾ ਪੰਥ ਆ ਬਿਲਕੁਲ ਇਹਨੂੰ ਖਾਲਸਾ ਸਮਾਜ ਕਹਿ ਲਓ ਖਾਲਸਾ ਪੰਥ ਕਹਿ ਲਓ ਵੀ ਇਹ ਗੁਰੂ ਨੇ ਤੇ ਆਲਰੇਡੀ ਇੱਕ ਬਣਾਇਆ ਤੇ ਤੁਸੀਂ ਵਿੱਚ ਆ ਕੇ ਇੱਕ ਹੋਰ ਸੱਪਾਂ ਦਾ ਸਮਾਜ ਵਿੱਚ ਤੁਸੀਂ ਸਿਰਜ ਦਿੱਤਾ ਮੈਂ ਤੇ ਸਰਦਾਰ ਜਗਰੂਪ ਸਿੰਘ ਹੋਣਾ ਨੇ ਇਹਦੇ ਤੇ ਇਸ ਵਿਸ਼ੇ ਤੇ ਇੱਕ ਲੰਮਾ ਪ੍ਰੋਗਰਾਮ ਕੀਤਾ ਸੀ ਸੰਤ ਸਮਾਜ ਜੀ ਸਮਾਜ ਲੋਕਾਂ ਦੇ ਹੋਇਆ ਕਰਦੇ ਨੇ ਸਮਾਜ ਵਿੱਚ ਸੰਤ ਪਾਇਆ ਜਾ ਸਕਦਾ ਇਹ ਇੱਕ ਤਾਰਕਿਕ ਬੰਦਾ ਕਹੇਗਾ ਗੱਲ ਪਰ ਜਦੋਂ ਤੁਸੀਂ ਗੁਰੂ ਨੂੰ ਪੁੱਛਣ ਜਾਂਦੇ ਜੋ ਕਹਿੰਦੇ ਸੰਤ ਸਮਾਜ ਚ ਵੀ ਨੀ ਪਾਇਆ ਜਾਂਦਾ ਉਹ ਕਹਿੰਦੇ ਜੱਗ ਮੈਂ ਉੱਤਮ ਕਾਢੀਏ ਵਿਰਲੇ ਕਹੀ ਕੇ ਵੀ ਇੱਕ ਸਮਾਜ ਚ ਨਹੀਂ ਜਗਤ ਦੇ ਵਿੱਚ ਸੰਤ ਪੁਰਖ ਜਿਹੜੇ ਨੇ ਸੰਤ ਪੁਰਖ ਗੁਣਾਂ ਵਾਲੇ ਜਿਹੜੇ ਨੇ ਸੰਤ ਗੁਣਾਂ ਵਾਲੇ ਪੁਰਖ ਜਿਹੜੇ ਨੇ ਵਿਰਲੇ ਨੇ ਬਿਲਕੁਲ ਇਹ ਇਹ ਜੀ ਸੰਤ ਸਮਾਜ ਹੈ ਗੋਲ ਪੱਗਾਂ ਤੇ ਆ ਸੁਣਾ ਇੱਕ ਕਾਲ ਲੈ ਲਈਏ ਆਪਾਂ ਨਾਈਟੀਆਂ ਪਾ ਕੇ ਬਸ ਨਾਈਟੀਆਂ ਪਾ ਲੈਂਦੇ ਨੇ ਪ੍ਰੋਬਲਮ ਇਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲ ਤੇ ਨੀ ਬਾਹਰ ਮਨ ਲਿਸਟ ਵਾਲਾ ਬੜ ਕੇ ਵੀ ਨੀ ਆਏ ਪਰ ਦਿਨ ਦਾ ਇਨਸਾਨ ਜਗਦਾ ਥੱਕਦਾ ਜਾਂਦਾ ਹੀ ਹੈ ਨਾ ਟਾਈਮ ਦੇਖੋ ਤੇ 7:30 ਸਾਡੇ ਇੱਥੇ ਵੱਜ ਰਿਹਾ 12 ਵੱਜ ਗਿਆ ਇਸਲੇ ਰਾਤ ਦੇ ਹੈ ਤੇ 12 ਵਜੇ ਤੋਂ ਜਗਾ ਰਹੇ ਹੋ ਉਹਨਾਂ ਅੰਮ੍ਰਿਤ ਵੇਲਾ ਸਾਹਮਣੇ ਫਿਰ 2 ਦਿਨ ਉੱਠਣਾ ਹੁੰਦਾ ਵਿਚਾਰਿਆਂ ਨੇ ਹੈ ਤੇ ਤੁਸੀਂ ਤੁਹਾਡਾ ਅੰਮ੍ਰਿਤ ਵੇਲਾ ਲੱਗ ਜਾ 8:00 ਉਹਨਾਂ ਦਾ 2 ਅੰਮ੍ਰਿਤ ਵੇਲਾ ਉੱਤੇ ਸ਼ੁਰੂ ਹੋ ਜਾਣਾ ਵਿਚਾਰਿਆਂ ਦਾ ਕੋਈ ਉਹਨਾਂ ਨੂੰ ਲੱਗੇ ਦਿਓ ਤੰਗ ਕਰਨ ਅਸੀਂ ਤੇ ਆਨੇ ਆ ਤੁਸੀਂ ਸਮਝਦੇ ਵੀ ਇਹ 2 ਵਜੇ ਉੱਠਦੇ ਹੋਣਗੇ ਤੁਹਾਨੂੰ ਆਉਂਦੇ ਟਿਚਰਾਂ ਉਹ ਵਿਚਾਰਾ ਦੱਸ ਰਹੇ ਗੁਰਪ੍ਰਸਾਦ ਤੁਸੀਂ ਕਹਿੰਦੇ ਡੰਡੀਆਂ ਲੱਗੇ ਬਗੈਰ ਡੰਡੀਆਂ ਦੇ ਕਰਦੇ ਵੇਖੋ ਅਸੀਂ ਤੇ ਆਪਣਾ ਸਰਦਾਰ ਗੁਰਦੀਪ ਸਿੰਘ ਜੀ ਅਸੀਂ ਤੇ ਉਹ ਹੀ ਸਪਸ਼ਟ ਕਰਨਾ ਚਾਹੁੰਦੇ ਹਾਂ ਵੀ ਹੁਣ ਮੁੰਡੇ ਦਾ ਨਾਂ ਤੇ ਪੂਰਾ ਹੀ ਰੱਖ ਲਿਆ ਗੁਰਪ੍ਰਸਾਦ ਤੇ ਜਦੋਂ ਇਹ ਮੰਗਲਾ ਚਰਨ ਦੀ ਗੱਲ ਕਰਦੇ ਨੇ ਉੱਥੋਂ ਡੰਡੀਆਂ ਲਾ ਕੇ ਗਾਹ ਨੂੰ ਤੁਰ ਪੈਂਦੇ ਨੇ ਨਾਨਕ ਹੋਸੀ ਵੀ ਸੱਚ ਤੱਕ ਆਉਂਦੇ ਆ ਜਾਓ ਜਾਂ ਤੇ ਫਿਰ ਇੱਥੋਂ ਹੀ ਡੰਡੀਆਂ ਲਾਓ ਗਾਹ ਤੱਕ ਜਾਓ ਨਾਨਕ ਹੋਸੀ ਵੀ ਸੱਚ ਤੱਕ ਜਾਓ ਫਿਰ ਤੁਸੀਂ ਜਿਹੜੀ ਉਹਨਾਂ ਅੱਗੇ ਤੁਸੀਂ ਬੜੀ ਨੇਕੀ ਕੀਤੀ ਆਪਣਾ ਨਾਮ ਵੀ ਦੱਸਣ ਡੇ ਹੋ ਸਾਰਾ ਕੁਝ ਦੱਸਦੇ ਪਿਓ ਉਹਨੂੰ ਉਹ ਕਿੱਦਾਂ ਨੀਂਦ ਖੁੱਲੂ ਵਿਚਾਰੇ ਦੀ ਦੱਸਣਾ ਪਹਿਲਾਂ ਉਹ ਤੇ ਜਾਣਾ ਬੰਦਾ ਸੋ ਜਾਂਦਾ ਮੈਂ ਤੇ ਅਗਲੇ ਬੰਨੇ ਖਾਲੀ ਥਾਂ ਭਰਨੀ ਸੀ ਅਜੇ ਖਾਲੀ ਥਾਂ ਭਰੀ ਕਦੋਂ ਸੀ ਅਜੇ ਤੇ ਪਹਿਲੇ ਇਹੋ ਜਿਹੇ ਮੌਕੇ ਤੇ ਬੰਦੇ ਨੂੰ ਨੀਂਦ ਆ ਜਾਂਦੀ ਉਹ ਜਾਗ ਵੀ ਨੀਂਦ ਆ ਜਾਂਦੀ ਹੈ ਇਹ ਗੱਲ ਸੁਣ ਕੇ ਚਲੋ ਬਾਕੀ ਜਿਹੜੀ ਮੈਂ ਤੁਹਾਨੂੰ ਜਿਹੜੀ ਗੱਲ ਕੀਤੀ ਮੇਰਾ ਸਾਥ ਸੱਚ ਨੂੰ ਕਰ ਰਿਹਾ ਕਿ ਜਥੇਦਾਰ ਹੋਣਾ ਨੀ ਚਾਹੀਦਾ ਐਕਚੁਅਲ ਦੇਖੋ ਜਥੇਦਾਰ ਨਹੀਂ ਹੈ ਮੇਰੇ ਹਿਸਾਬ ਨਾਲ ਮਤਲਬ ਜਿਸ ਤਰ੍ਹਾਂ ਪਾਰਟੀਆਂ ਦੇ ਪ੍ਰਧਾਨ ਜਾਂ ਲੀਡਰ ਹੁੰਦੇ ਆ ਕੌਮਾਂ ਦੇ ਹੁੰਦੇ ਆ ਸਿੱਖਾਂ ਨੂੰ ਜਥੇਦਾਰ ਨਾ ਦਿੱਤਾ ਗਿਆ ਲੇਕਿਨ ਉਸ ਕਾਬਲੀਅਤ ਦੇ ਬੰਦੇ ਨੀ ਫਿੱਟ ਹੋ ਰਹੇ ਇੱਥੇ ਜਿਹੜੀ ਅਸਲ ਗੱਲ ਦੇ ਨੁਕਸਾਨ ਸਾਨੂੰ ਨਹੀਂ ਆਉਂਦਾ ਤੇ ਜਥੇਦਾਰ ਜਿਹੜਾ ਸਾਡਾ ਸੀ ਐਕਚੁਅਲ ਲੀਡ ਜਿਹਨੇ ਹਰ ਫੀਲਡ ਤੇ ਲੀਡ ਕਰਨਾ ਹੁੰਦਾ ਸੀ ਕੌਮ ਨੂੰ ਮਸਲਾ ਧਾਰਮਿਕ ਤੌਰ ਤੇ ਸਿਆਸੀ ਤੌਰ ਤੇ ਫਾਈਟਿੰਗ ਤੋਂ ਹਰ ਚੀਜ਼ ਤੇ ਕਰਨਾ ਹੁੰਦਾ ਸੀ ਲੇਕਿਨ ਉਸ ਨੂੰ ਬਾਅਦ ਰੂਪ ਅੰਗਰੇਜ਼ਾਂ ਨੂੰ ਬਦਲੇ ਜਿਸ ਮਰਜ਼ੀ ਕਹਿ ਲਓ ਕਿ ਇਹਨੂੰ ਧਾਰਮਿਕ ਜਾਂ ਬੁੱਤ ਬਣਾ ਕੇ ਪਾਵਰਾਂ ਦੇ ਦਿੱਤੀਆਂ ਤੇ ਪੱਲੇ ਦੇ ਕੱਖ ਨੀ ਆਉਂਦਾ ਜਥੇਦਾਰ ਹੈ ਗੁਰੂ ਗ੍ਰੰਥ ਹੁਣ ਅੱਗੇ ਆ ਜਾਓ
ਇਹ ਕੌਮ ਨੇ, ਹਰ ਕੌਮ ਦੇ ਵਿੱਚ ਸਾਡੇ ਸਰਬੱਤ ਖਾਲਸਾ ਦੀ ਪਰੰਪਰਾ ਹੈ, ਜਦੋਂ ਅਸੀਂ ਇੱਕ ਸਾਂਝੇ ਰੂਪ ਦੇ ਵਿੱਚ ਇੱਕ ਪਬਲਿਕ ਦੀ ਆਵਾਮ ਦੀ ਆਵਾਜ਼ ਦੇ ਰੂਪ ਦੇ ਵਿੱਚ ਇੱਕ ਫੈਸਲਾ ਉੱਧਰ ਕੇ ਆਉਂਦਾ ਹੈ, ਉਸ ਫੈਸਲੇ ਨੂੰ ਸੁਣਾਉਣਾ ਤੇ ਇੱਕ ਬੰਦੇ ਨੇ ਹੁੰਦਾ ਵਾ, ਸਾਰਿਆਂ ਨੇ ਤੇ ਸੁਣਾਉਣਾ ਨੀ ਹੁੰਦਾ। ਹਾਂਜੀ ਬਿਲਕੁਲ, ਉਹ ਫੈਸਲੇ ਨੂੰ ਸੁਣਾਉਣ ਵਾਸਤੇ ਇਹਨਾਂ ਨੂੰ ਅਸੀਂ ਸਰਬਰਾ ਰੀਪ੍ਰੈਜੈਂਟੇਟਿਵ ਜਾਂ ਆਪਣਾ ਕੁਛ ਵੀ ਕਹਿ ਸਕਦੇ ਹਾਂ, ਕੁਛ ਵੀ ਨਾ ਦੇ ਲਓ, ਕੁਛ ਵੀ ਕਹਿ ਸਕਦੇ ਬਿਲਕੁਲ। ਸਿਰਫ ਇੰਨਾ ਕਿ ਸੀ ਕਿ ਜਿਹੜੀ ਗੱਲ ਪਬਲਿਕ ਦੇ ਕੌਮ ਦੇ ਫੇਵਰ ਦੀ ਗੱਲ ਹੈ, ਕੌਮ ਅਸੈਪਟ ਕਰਦੀ ਹੈ, ਉਸ ਗੱਲ ਨੂੰ ਇਹਨਾਂ ਨੇ ਗਾਂ ਡਿਲੀਵਰ ਕਰਨਾ ਹੈ, ਉਸ ਡਿਲੀਵਰ ਕਰਨਾ ਉਸ ਉਸ ਪੋਜੀਸ਼ਨ ਤੋਂ ਉਸ ਜਗ੍ਹਾ ਤੋਂ, ਸਿਰਫ ਇੰਨਾ। ਅਦਰਵਾਈਜ਼ ਇਹਨਾਂ ਦਾ ਕੋਈ ਰੋਲ ਨਹੀਂ, ਆਪਣੇ ਲੈਵਲ ਤੇ ਫੈਸਲੇ ਲੈਣੇ, ਆਪਣੇ ਲੈਵਲ ਦੇ ਉੱਤੇ ਸਪਸ਼ਟ ਕਰਨਾ ਚਾਹੀਏ ਚੀਜ਼ ਨੂੰ ਤੇ ਹੁਕਮਨਾਮੇ ਜਾਰੀ ਕਰਨੇ। ਇਹਨਾਂ ਦੇ ਕੋਲ ਦੇ ਡੋਂਟ ਹੈਵ ਐਨੀ ਅਥਾਰਟੀ ਲਾਈਕ ਦਿਸ ਕਿ ਕੋਈ ਵੀ ਫੈਸਲਾ ਆਪਣੇ ਲੈਵਲ ਤੇ ਲੈ ਸਕਣ। ਇੱਕ ਸਿੱਖ ਇਤਿਹਾਸ ਦੇ ਵਿੱਚ ਹੀ ਆਉਂਦਾ ਸਰਦਾਰ ਗੁਰਦੀਪ ਸਿੰਘ ਹੋਣਾ ਨੂੰ ਤੇ ਪਤਾ ਹੋਣਾ ਬਈ, ਜਦੋਂ ਇਕੱਠ ਹੁੰਦਾ ਸੀਗਾ ਨਾ ਦਰਬਾਰ ਸਾਹਿਬ ਮਿਸਰਾਂ ਦਾ ਇਕੱਠ ਹੁੰਦਾ ਸੀ ਬਿਲਕੁਲ, ਉਦੋਂ ਹਰ ਵਾਰੀ ਉਹ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਨੂੰ ਐਟ ਦੀ ਸਪੋਰਟ ਉਸੇ ਵਕਤ ਹੀ ਉਹਨਾਂ ਨੂੰ ਜਥੇਦਾਰ ਅਰਜੀ ਜਥੇਦਾਰ ਨਿਯੁਕਤ ਕਰਦੇ, ਕਿਉਂਕਿ ਉਸ ਵੇਲੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਉਹ ਸੀ, ਫਾਰਸੀ ਦੀ ਉਹਨਾਂ ਨੂੰ ਨੌਲੇਜ ਸੀ ਤੇ ਉਹੀ ਉਹਨਾਂ ਨੂੰ ਚੁਣਦੇ ਸੀ, ਉਹੀ ਹੁੰਦੇ ਸੀ। ਇਹ ਤੇ ਆਪਣੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਤੇ ਇਹ ਆਪਣੇ ਜਥੇਦਾਰ ਬਣ ਕੇ ਬੈਠੇ ਨੇ ਔਰ ਕੋਈ ਵੀ ਗੱਲ ਮੰਨਣ ਨੂੰ ਤਿਆਰ ਨਹੀਂ, ਬਸ ਉਹ ਕਹਿੰਦੇ ਜੀ ਵੀ ਸਿੱਖ ਪੰਥ ਸਾਡੀ ਮੰਨੇ। ਉਹਦਾ ਕਾਰਨ ਇਹ ਬਣਿਆ ਵਕਤ ਦੇ ਹਾਕਮ ਨੂੰ ਇਹ ਚ ਉਹ ਚੀਜ਼ ਸ਼ੂਟ ਨਹੀਂ ਸੀ ਕਰਦੀ, ਉਹਨੇ ਇਸ ਚੀਜ਼ ਨੂੰ ਪ੍ਰਮੋਟ ਕੀਤਾ ਜਿਹੜਾ ਤੁਹਾਡਾ ਹੈਡ ਹੋਈ ਹੈ ਉਹਨੇ ਬਣਾ ਦਿੱਤਾ, ਜਿਸ ਤਰ੍ਹਾਂ ਅੱਜ ਤੁਸੀਂ ਕਹਿ ਸਕਦੇ ਹੋ ਕਿ ਬਾਦਲ ਨੂੰ ਆਪਣੀ ਪਾਵਰ ਆਪਣੇ ਹੱਥ ਰੱਖਣ ਲਈ ਇਹ ਸ਼ੂਟ ਕਰਦੇ ਆ, ਲਾਹੌਰ ਚ ਕਹਿੰਦੇ ਖੜੇ ਕਰਕੇ ਚੁਣ ਕੱਢੀ ਚੁਣ ਕੇ ਆਪਣੀ ਲਿਆ ਕੇ ਉਹਦਾ ਉਹਦੇ ਕੋਲ ਤਾਖੜਦਾ ਬੰਦਾ ਆਪਣੀ ਮਰਜ਼ੀ ਦਾ ਔਰ ਇਹਦੇ ਕੋਲ ਲਾਣ ਕੱਟ ਦਿੰਦਾ। ਹੈਰਾਨੀ ਦੀ ਗੱਲ ਇਹ ਆ, ਉਹ ਆਪ ਇਹਨਾਂ ਦੀ ਗੱਲ ਕੋਈ ਵੀ ਨਹੀਂ ਮੰਨਦੇ, ਸ਼੍ਰੋਮਣੀ ਕਮੇਟੀ ਦਾ ਉਹ ਵੀ ਤਬਾਹ ਕੀਤਾ, ਔਰ ਫੇਰ ਇਹਨਾਂ ਦੇ ਜਿਹੜੇ ਸਾਰੇ ਐਮ ਐਲ ਏ ਅਜੀਤ ਮਹਿੰਦਰ ਸਿੰਘ ਸੁਰਿੰਦਰ ਸਿਕੰਦਰ ਸਿੰਘ ਮਲੂਕਾ ਇਕੱਠੇ ਹੋ ਕੇ ਉਸ ਕੋਲ ਗਏ, ਫੇਰ ਉਹਨਾਂ ਨੇ ਕਿਹਾ ਵੀ ਅਸੀਂ ਤੇਰੇ ਸਤਸੰਗ ਵੀ ਕਰਾਵਾਂਗੇ ਜੀ, ਅਸੀਂ ਤੇਰਾ ਵੀ ਕਰਾਵਾਂਗੇ, ਪੂਰਾ ਉਸ ਕੋ ਜਾ ਕੇ ਉਹਨੂੰ ਮੱਥਾ ਟੇਕਿਆ ਇਹਨਾਂ ਨੇ ਤੇ ਜਥੇਦਾਰ ਨੇ ਕੀ ਕਰ ਲਿਆ, ਉਹਨਾਂ ਦਾ ਕੀ ਵਿਗਾੜ ਲਿਆ ਇਹਨੇ। ਮਤਲਬ ਕਹਿਣ ਦਾ ਭਾਵ ਹੈ ਨਾ ਜਿਹੜੀ ਕੌਮ ਦੀ ਹਾਲਾਤ ਹੁਣ ਤਾਂ ਤੁਹਾਡੇ ਸਾਹਮਣੇ ਤੁਸੀਂ ਅੱਜ ਕੱਲ੍ਹ ਸ਼ਾਇਦ ਤੁਸੀਂ ਆਡੀਓ ਸੁਣੀ ਯੂਟਿਊਬ 'ਚ ਪੇਜ ਦੀ ਬਾਬਾ ਜਰਨੈਲ ਸਿੰਘ ਹੋਰਾਂ ਦੀ, ਜਿਹੜੀ ਕਹਿੰਦੇ ਨਹੀਂ ਮੰਨਦਾ ਮੈਂ ਜਪ ਕਰਨਾ ਕਰ ਲਾ ਲੋ ਫਤਵਾ ਮੇਰੇ। ਹਾਂ ਵੇਖ ਲਓ ਹੁਣ ਕਿਉਂ ਕਹਿਣਾ ਪਿਆ ਸੀ ਇਹ ਚੀਜ਼, ਇਸ ਲਈ ਕਹਿਣੀ ਪਈ ਸੀ ਨਾ, ਔਰ ਉਹਨੇ ਜਥੇਦਾਰ ਨੇ ਝੂਠਾ ਤੇ ਕਈ ਕੁਝ ਕਿਹਾ ਕਿ ਕਹਿ ਰਿਹਾ ਭਈ ਪੈਰ ਪੈਰ ਦੇ ਝੂਠ ਬੋਲਦੇ ਆ, ਜਥੇਦਾਰ ਬਣੇ ਦਾ ਝੂਠ ਬੋਲਦੇ ਲਾ, ਮੈਂ ਸਾਬਤ ਕਰਨਾ ਝੂਠ ਬੋਲਦੇ ਨਹੀਂ ਬੋਲਦੇ ਆਣ ਮੇਰੇ ਸਾਹਮਣੇ, ਨੌਬਤ ਕਿਉਂ ਆਈਆਂ ਤੋਂ ਹੀ ਆਈਆਂ ਨਾ ਤੋਂ ਹੁਣ ਇਸ ਦਾ ਜਿਹੜਾ ਸਾਡੇ ਮਤਲਬ ਦੇਖੋ ਮੇਰਾ ਕਹਿਣ ਦਾ ਭਾਵ ਹੈ ਕਿ ਇਹ ਚਲੋ ਪੋਸਟ ਤੁਸੀਂ ਕਹਿ ਸਕਦੇ ਆਰ ਜੀ ਮੌਕੇ ਦੇ ਮੌਕੇ ਅਨਾਊਂਸ ਕਰਕੇ ਤੇ ਜਿਹੜਾ ਫੈਸਲਾ ਸੀ ਅਨਾਊਂਸ ਕੀਤਾ ਜਾਂਦਾ ਸੀ ਉਸਲੇ, ਲੇਕਿਨ ਅੱਜ ਕੱਲ੍ਹ ਜਿਹੜਾ ਇਸ ਨੂੰ ਚੀਜ਼ ਰੂਪ ਬਦਲ ਗਿਆ ਇਹਦੀ ਮਤਲਬ ਉਹ ਚੀਜ਼ ਨਹੀਂ ਰਹਿ ਗਈ ਤੇ ਇਹਨੂੰ ਗਲਤ ਮਿਸਯੂਜ਼ ਹੋ ਰਿਹਾ ਸਾਡਾ ਇਹ ਬਹੁਤ ਜ਼ਿਆਦਾ, ਇਹਦੇ ਨਾਲ ਕੌਣ ਬਹੁਤ ਨੁਕਸਾਨ ਹੋ ਰਿਹਾ, ਇਹ ਹੁਣ ਸਾਰੀ ਕੌਮ ਰਿਸ਼ਤੇ ਦੇਖ ਕੇ ਸੋਚਣਾ ਬਣਦਾ ਤੇ ਸ਼੍ਰੋਮਣੀ ਇਲੈਕਸ਼ਨਾਂ ਜਿਹੜੀਆਂ ਵੀ ਕਰਦੀਆਂ ਸੀ ਜੋ ਇਲੈਕਸ਼ਨ ਸਿਸਟਮ ਹੈ ਉਹਦੇ ਵਿੱਚ ਕਮ ਸੇ ਕਮ ਵੋਟਿੰਗ ਦੇਣ ਲੱਗਿਆਂ ਲੋਕਾਂ ਨੂੰ ਇਸ 'ਤੇ ਧਿਆਨ ਦੇਣਾ ਚਾਹੀਦਾ, ਜਿੰਨੀ ਮੇਰੇ ਸਾਹਿਬ ਜਥੇਬੰਦੀਆਂ ਜਾਂ ਜਿਹੜੇ ਪ੍ਰਚਾਰਕ ਵਿੰਗ ਹੈ ਜਿਹੜੇ ਆਪਣੇ ਸਮਝਦੇ ਆ ਕੌਮ ਦਾ ਦਰਦ ਰੱਖਦੇ ਆ, ਇਹਨਾਂ ਸਾਰਿਆਂ ਇਕੱਠੇ ਹੋ ਕੇ
ਪੁਆਇੰਟ ਤੇ ਸੋਚ ਕੇ ਤੇ ਅੱਗੇ ਤੋਂ ਕੁਛ ਲੋਕ ਚੁਣ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਜ਼ਰੂਰ ਇਸ ਨੂੰ ਹੱਲ ਕਰਨ ਲਈ। ਨਹੀਂ ਤੇ ਏਦਾਂ ਦੇ ਬਸ ਹਮੇਸ਼ਾ ਸਥਾਪਿਤ ਹੁੰਦੇ ਰਹਿਣਗੇ ਤੇ ਕੌਮ ਦਾ ਬੜਾ ਗਰਕ ਕਰਦੇ ਰਹਿਣਗੇ। ਨਹੀਂ ਜਿੰਨੀ ਦੇਰ ਤੱਕ ਸ਼੍ਰੋਮਣੀ ਕਮੇਟੀ ਤੋਂ ਬਦਲਾਂ ਦਾ ਕਬਜ਼ਾ ਨਹੀਂ ਨਾ ਹਟਾਉਂਦੇ, ਇਹ ਸਿਸਟਮ ਇਹ ਦਿਨੋ ਦਿਨ ਬਸ ਖਰਾਬ ਹੀ ਹੁੰਦਾ ਜਾਣਾ, ਇਹ ਨਿਗਰਦਾ ਜਾਣਾ, ਬਿਲਕੁਲ ਇਹਦੇ ਵਿੱਚ ਸੁਧਾਰ ਨਹੀਂ ਹੋਣਾ। ਇਹ ਇਹ ਸਿੱਖਾਂ ਨੂੰ ਇਹ ਗੱਲ ਆਪਣੇ ਜ਼ਿਹਨ ਚ ਰੱਖ ਲੈਣੀ ਚਾਹੀਦੀ ਆ, ਉਨੀ ਦੇਰ ਤੱਕ ਕੋਈ ਸੁਧਾਰ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਬਾਦਲ ਪਰਿਵਾਰ ਦਾ ਕਬਜ਼ਾ ਨਹੀਂ ਤੋੜਦੇ। ਦੇਖੋ ਜਿਹੜਾ ਤੁਸੀਂ ਗੱਲ ਕੀਤੀ ਹੈ ਉਹਨੂੰ ਨੀਂਦ ਨਹੀਂ ਖੋਲਦੀ, ਜੇ ਆਪਣੇ ਨੂੰ ਸਮਝਦਾ ਹੋਵੇ ਕੌਮ ਦਾ ਦਰਦ ਰੱਖਦਾ ਹੋਵੇ ਉਹਦੀ ਨੀਂਦ ਉਸ ਵੇਲੇ ਖਤਮ ਹੋ ਜਾਣੀ ਚਾਹੀਦੀ ਸੀ। ਐਵੇਂ ਦੇਖਾ ਕੀ ਮਸਲਾ ਬਣਿਆ, ਕਿਉਂ ਮੈਨੂੰ ਕਾਲ ਕਰ ਰਹੇ ਹੋ ਇਸ ਟਾਈਮ ਤੇ, ਕੋਈ ਦੁਖੀ ਆ ਜਾਂ ਕੀ ਪ੍ਰੋਬਲਮ ਹੈ, ਹੁਣੇ ਗੱਲ ਕਰਨਾ ਸਾਰੀ। ਬਿਲਕੁਲ ਨੀਂਦ ਨੀਂਦ ਆ ਗਈ ਉਹਨੂੰ। ਮੈਂ ਕਹਿ ਰਿਹਾ ਵੀ ਹੋ ਸਕਦਾ ਵੀ ਅਸੀਂ ਫਸੇ ਹੀ ਹੋਈਏ ਕਿਤੇ, ਸਾਨੂੰ ਸਾਡੇ ਜਹੇਦਾਰ ਦੀ ਲੋੜ ਪਈ ਹੋਵੇ। ਕਿਉਂ ਨੀ ਦੇਖੋ ਜੇ ਆਪਣੇ ਆਪ ਨੂੰ ਸਮਝਿਆ ਕੋਈ, ਮੈਂ ਹੱਥ ਦਾ ਫਰਦ ਬੰਦਾ ਸੀ ਤੋੜਾਂਗੇ ਅਸੀਂ ਕੁੰਭਕਰਨ। ਅਸੀਂ ਵੇਖੋ ਰਾਵਣ ਦੀ ਸੈਨਾ ਨਾਲ ਉਹ ਮਾਰੇ ਆ ਜਿਹਨਾਂ ਨੇ ਕੁੰਭਕਰਨ ਖਾ ਛੱਡਿਆ, ਅਸੀਂ ਨਾ ਖਾਵਾਂਗੇ। ਨਹੀਂ ਨਹੀਂ ਬੜਾ ਅੱਛਾ, ਬਹੁਤ ਅੱਛਾ ਕਰ ਰਹੇ ਵਾਹਿਗੁਰੂ ਤੁਹਾਨੂੰ ਚੜ੍ਹ ਜਾਏ ਕਲਾ ਦੇ ਰੱਖੇ। ਹੈਰਾਨੀ ਦੀ ਗੱਲ ਇਹ ਵੀ ਹੈਰਾਨੀ ਦੀ ਗੱਲ ਆ ਕਿ ਕੌਮ ਦੇ ਇੰਨੇ ਮਸਲੇ ਨੇ, ਇਹਨਾਂ ਨੂੰ ਨੀਂਦ ਆ ਕਿੱਦਾਂ ਜਾਂਦੀ ਆ? ਦੇਖੋ ਬੰਦਾ ਸੌ ਹੀ ਨਹੀਂ ਸਕਦਾ, ਪਾਣੀ ਅੰਨ ਨਾ ਭਾਵੇ ਮਰੀਏ ਹਾਵੇ, ਪਾਣੀ ਨੀ ਲੰਘਦਾ ਅੰਨ ਨੀ ਲੰਘਦਾ, ਉਮੀਦ ਨੀ ਆਉਂਦੀ, ਇਹ ਘੋੜੇ ਵੇਚ ਕੇ ਸੁੱਤੇ, ਘੋੜੇ ਵੇਚ ਕੇ ਸੁੱਤੇ ਨੇ। ਚਲੋ ਠੀਕ ਹੈ, ਮੇਰੇ ਫਤਿਹ ਸਾਰਿਆਂ ਨੂੰ। ਅੱਛਾ ਜੀ, ਬੜੀ ਮਿਹਰਬਾਨੀ ਗੁਰੂ ਮੇਰੇ, ਤੁਹਾਨੂੰ ਚੜ੍ਹਦੀ ਕਲਾ ਰੱਖਦੇ ਇਸ ਤਰ੍ਹਾਂ ਦੇ ਬਹੁਤ ਅੱਛਾ ਸੁਣਾ ਅੱਜ ਤੁਹਾਡਾ। ਮੈਂ ਪਹਿਲਾਂ ਥੋੜਾ ਘੱਟ ਸੁਣ ਪਾਇਆ, ਜਿਹੜਾ ਮੀਟ ਦੇ ਬਾਰੇ ਬੋਲਿਆ ਸੀ ਲਾਸਟ ਸੁਣਿਆ, ਬਹੁਤ ਅੱਛਾ ਸੀ, ਬੜੇ ਸੋਹਣੇ ਤਰੀਕੇ ਨਾਲ ਕਰ ਰਹੇ ਹੋ, ਬੜੀ ਚੜ੍ਹਦੀਆਂ ਗੱਲਾਂ ਰੱਖੇ, ਬਾਕੀ ਮਾਫ਼ੀਨਾਮੇ ਸੁਣਿਆ ਉਹ ਤੇ ਖੈਰ ਕੋਈ ਨੀ। ਚਲੋ ਠੀਕ ਹੈ, ਵਾਹਿਗੁਰੂ ਜੀ ਕਾ ਖਾਲਸਾ। ਇਹ ਗੱਲ ਤੇ ਹੁਣ ਸਾਬਤ ਹੋ ਗਈ ਆ ਨਾ, ਜਿਹੜਾ ਸੰਤ ਸਮਾਜ ਹੈ ਵੀ ਗੈਰ ਸਿਧਾਂਤਕ ਹੈ ਤੇ ਗੁਰਮਤਿ ਦੇ ਬਿਲਕੁਲ ਉਲਟਿਆ। ਦੇਖੋ ਸੰਤ ਸਮਾਜ ਨਾ ਹੁੰਦਾ ਕੋਈ ਕਨਸੈਪਟ ਹੀ ਨਹੀਂ ਸਾਡੇ, ਬਿਲਕੁਲ ਸੰਕਲਪ ਹੀ ਨਹੀਂ ਕੋਈ, ਕਿਉਂਕਿ ਇੱਕੋ ਇੱਕ ਸਮਾਜ ਹੈ ਬਸ। ਸੰਤ ਸਮਾਜ ਦੇ ਵਿੱਚ ਉਹ ਵੀ ਜ਼ਿਆਦਾ ਢਿੱਲ ਵਰਤ ਲਈਏ ਤਾਂ ਹੋ ਸਕਦਾ ਹੈ, ਪਰ ਸਮਾਜ ਨਹੀਂ ਸੰਤਾਂ ਦੇ ਹੁੰਦੇ, ਸਮਾਜ ਨਹੀਂ ਸੰਤਾਂ, ਸਮਾਜ ਲੋਕਾਂ ਦੇ ਹੁੰਦੇ ਨੇ ਜਿਹ 'ਚ ਠੱਗ ਵੀ, ਬੇਵਕੂਫ ਵੀ, ਇੰਟਲੈਕਚੁਅਲ ਵੀ, ਹਰ ਤਰ੍ਹਾਂ ਦੇ ਪਾਗਲ ਪਾਏ ਜਾਂਦੇ ਨੇ। ਜਿਵੇਂ ਸਾਡਾ ਇੱਕ ਸਮਾਜ ਹੈ ਉਹਦੇ ਵਿੱਚ ਪਹਾੜੀ ਦੇਸ਼ਾਂ ਵਾਲੇ ਵੀ ਆ ਗਏ, ਹੋਰ ਜਿੰਨੇ ਵੀ ਲੱਲੇ ਭੱਬੇ ਸਭ ਪਾ ਕੇ ਇੱਕ ਸਮਾਜ ਬਣ ਜਾਂਦਾ। ਬਿਲਕੁਲ ਸਮਾਜ ਵਿੱਚ ਆ ਤਾਂ ਸਕਦਾ ਹੈ ਸੰਤ, ਸੰਤ ਪ੍ਰਗਟ ਹੋ ਸਕਦਾ ਹੈ, ਆਪਣੇ ਪੰਜਾਬ ਦਾ ਤੇ 16,000 ਆਪਣੇ ਡੇਰੇ ਨੇ, ਉਹਨਾਂ ਚ 2-3 ਸੰਤ ਬੈਠੇ ਆ ਤੇ ਵੇਖ ਲਓ, ਤੂੰ ਵੇਖ ਲਓ ਵੀ ਕਿੰਨੇ ਡੇਰੇ ਜਿਹੜੇ ਰਜਿਸਟਰਡ ਤੇ ਜਿਹੜੀਆਂ ਦੇਵਾ ਰਾਣੀਆਂ ਨੇ, ਇਹਨਾਂ ਦੀ ਤਾਂ ਕਿਆ ਬਾਤ ਹੈ, ਛੋਟੇ ਵਾਰਾਣੀਆਂ ਛੋਟੇ ਛੋਟੇ। ਹਾਂ ਨਹੀਂ, ਵੈਸੇ ਇਹਨਾਂ ਨੇ ਮੇਰੇ ਹਿਸਾਬ ਨਾਲ ਜਿਹੜਾ ਨਾਮ ਚੁਣਿਆ ਨਾ, ਸਹੀ ਚੁਣਿਆ। ਹਾਂਜੀ ਦੱਸੋ ਤੁਸੀਂ ਕਿਹੜੇ ਫਿਲਾਸਫੀਕਲ ਅਪਰੋਚ ਲੈ ਰਹੇ ਕਰ, ਜੇ ਕੋਈ ਕੇਸ ਵੀ ਕਰਦੇ ਹੋਏ ਨਾ ਜਿੱਤ ਜਾਣਗੇ, ਕਿਉਂਕਿ ਹਿੰਦੂ ਸੰਤ ਸਮਾਜ ਹੈਗਾ। ਨਾ ਨਾ ਨਾ, ਸਮਾਜ ਹੈ ਉਹ ਕਹਿੰਦਾ ਸਮਾਜ ਦੇ ਵਿੱਚ ਕੌਣ ਕੌਣ ਹੁੰਦੇ ਆ, ਚੰਗੇ ਬੰਦੇ, ਮਾੜੇ ਬੰਦੇ, ਚੋਰ, ਲੁੱਚੇ, ਉਚੱਕੇ, ਬਲਾਤਕਾਰੀ, ਸਮਗਲਰ, ਸਾਰੇ ਹੈ ਨਾ, ਸਾਰੇ ਸਾਡੇ ਵਿੱਚ ਵੀ ਹੈਗੇ, ਦੱਸੋ ਜੀ ਪਿੱਛੇ ਰਿਵਿਊ ਕਰਦਾ ਲੱਗਦਾ।
ਹੋਰ ਆ ਗਏ ਉਹਨੂੰ ਲੈ ਲੈਂਦੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਣ ਤੇ ਕਿੱਥੋਂ ਬੋਲਦੇ ਜੀ? ਹਰੀਕੇ ਬੋਲਦਾ ਸਾਊਦੀ ਅਰਬ ਤੋਂ। ਉਹ ਬੱਲੇ ਬੱਲੇ ਸਾਊਦੀ ਅਰਬ ਵਾਲੇ, ਉਹ ਬੜੀ ਦੂਰੋਂ ਦੂਰੋਂ ਪ੍ਰੋਗਰਾਮ ਸੁਣ ਰਹੇ ਜੀ। ਹਾਂਜੀ ਦੱਸੋ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਸੰਬੰਧੀ? ਵੀਰ ਜੀ ਜਹੇਦਾਰਾ ਬਾਰੇ ਕਹਿਣਾ ਚਾਹੁੰਦੇ ਆ। ਦੱਸੋ ਜੀ। ਅੱਛਾ ਜੀ, ਮੈਨੂੰ ਥੋੜਾ ਚਿਰ ਹੋ ਗਿਆ ਇੱਥੇ, ਡੇਢ ਸਾਲ ਹੋ ਗਿਆ ਸਾਊਦੀ ਅਰਬ ਚ। ਹਾਂਜੀ ਤੇ ਸਾਊਦੀ ਅਰਬ ਦੇ ਵਿੱਚ ਇੱਕ ਮਤੂਏ ਕਿਸਮ ਦੇ ਹੁੰਦੇ ਸੀ ਮੁਸਲਮਾਨ, ਜਿਹੜੇ ਸਰਕਾਰ ਵੱਲੋਂ ਪਿਆਰ ਕੀਤੇ ਹੁੰਦੇ ਸੀ। ਅੱਛਾ। ਉਹਨਾਂ ਦਾ ਤੇ ਜਹੇਦਾਰਾ ਦਾ ਜੇ ਮੇਲ ਕੀਤਾ ਜਾਵੇ ਤੇ ਉਹ ਇੱਕ ਬਰਾਬਰ ਰਹਿੰਦੇ ਆ ਜੀ। ਮਤੂਏ? ਹਾਂਜੀ ਮਤੂਏ। ਉਹਨਾਂ ਨੂੰ ਸਰਕਾਰ ਨੇ ਇਸ ਤਰ੍ਹਾਂ ਤਿਆਰ ਕੀਤਾ ਹੁੰਦਾ ਹੈ ਕਿ ਧਰਮ ਦੇ ਵਾਸਤੇ, ਉਹਨਾਂ ਦੇ ਜਿਵੇਂ ਮੁਸਲਿਮ ਧਰਮ ਦੇ ਵਿੱਚ ਕੋਈ ਔਰਤਾਂ ਬੁਰਕਾ ਲਾਉਂਦੀਆਂ ਨੇ ਜਾਂ ਕੋਈ ਅਸ਼ਲੀਲ ਕੱਪੜੇ ਪਾ ਕੇ ਬਾਜ਼ਾਰ ਦੇ ਵਿੱਚ ਘੁੰਮਦੀਆਂ, ਤੁਸੀਂ ਉਹਨਾਂ ਚੀਜ਼ਾਂ ਦਾ ਖਿਆਲ ਰੱਖਣਾ। ਤੇ ਸਾਡੇ ਜਥੇਦਾਰ ਜਿਹੜੇ ਬਣਾਏ ਸੀ, ਚਲੋ ਜਥੇਦਾਰਾਂ ਦਾ ਵਾਧਾ ਤੇ ਹੁੰਦਾ ਨੀ ਜੀ, ਆਪ ਜੀ ਜੋ ਜਿੱਦਾਂ ਵਿਚਾਰ ਦੇ ਰਹੇ ਸੀ ਬਿਲਕੁਲ ਉਸ ਚੀਜ਼ ਨਾਲ ਅਸੀਂ ਸਹਿਮਤ ਆ ਜੀ। ਹਾਂਜੀ। ਤੇ ਜਥੇਦਾਰਾਂ ਨੂੰ ਸਿਰਫ ਇੱਕ ਕੌਮ ਦੀ ਦੇਖ ਰੇਖ ਕਰਨ ਵਾਸਤੇ ਇਹਨਾਂ ਦੇ ਅਹੁਦੇ ਥਾਪੇ ਗਏ ਜੀ। ਚਲੋ ਦੇਖ ਰੇਖ ਗੁਰਦੁਆਰਿਆਂ ਦੇ ਵਿੱਚ। ਹਾਂਜੀ ਗੁਰਦੁਆਰਿਆਂ ਦੀ। ਤੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਜੀ ਤਿਆਰ ਕੀਤਾ ਸੀ ਕਿ ਤੁਸੀਂ ਜਿਹੜਾ ਇਹ ਮੁਸਲਮਾਨ ਧਰਮ ਦੇ ਵਿੱਚ ਜਿਹੜਾ ਇਹ ਜੋ ਕੋਈ ਕੁਤਾਹੀ ਕਰਦਾ ਉਹਦੀ ਨਿਗਰਾਨੀ ਕਰਦੇ। ਤੁਸੀਂ ਜਿਹੜਾ ਸ਼ਬਦ ਵਰਤਿਆ ਨਾ ਮਤੂਏ, ਮਤੂਏ ਕਿਹਾ ਜੀ? ਹਾਂਜੀ ਹਾਂਜੀ ਮਤੂਏ। ਚਲੋ ਠੀਕ ਹੈ, ਚਲੋ ਜਥੇਦਾਰਾਂ ਵਾਸਤੇ ਸਾਨੂੰ ਇੱਕ ਨਵਾਂ ਸ਼ਬਦ ਲੱਭ ਗਿਆ, ਨਵਾਂ ਸ਼ਬਦ ਮਿਲ ਗਿਆ ਵੀ ਸਰਕਾਰੀ ਟੱਟੂ ਹੈ। ਹਾਂਜੀ ਹਾਂਜੀ ਹਾਂਜੀ। ਉਹ ਉਹਨਾਂ ਨੇ ਜਦੋਂ ਇਹ ਆਪਣੇ ਅਧਿਕਾਰ ਤੌਰ ਤੇ ਜਿਸ ਤਰ੍ਹਾਂ ਹੁਣ ਜਥੇਦਾਰ ਕਰ ਰਹੇ ਜੀ, ਜਿਹਨੂੰ ਛੇਕਣਾ ਛੇਕ ਦੋ, ਜਿਸ ਤਰ੍ਹਾਂ ਉੱਤੋਂ ਫਤਵਾ ਆਉਂਦਾ ਛੇਕ ਦਿੰਦੇ ਆ, ਜਿਹਨੂੰ ਮਰਜ਼ੀ ਛੇਕ ਦਿੰਦੇ ਆ ਪੰਥ ਚੋਂ। ਅੱਛਾ, ਇਹ ਫਿਰ ਸਾਡੇ ਮਤੂਏ ਵੀ ਏਦਾਂ ਹੀ ਕਰਦੇ ਨੇ? ਹਾਂਜੀ ਹਾਂਜੀ ਬਿਲਕੁਲ ਜੀ। ਤੇ ਉਹਨਾਂ ਨੂੰ ਫਿਰ ਥੋੜੇ ਸਮੇਂ ਬਾਅਦ ਹੁਣ ਇੱਕ ਮਿਸਰ ਦੀ ਕਿਸੇ ਔਰਤ ਨੇ, ਮਤਲਬ ਉਹ ਮਿਸਰ ਦੀਆਂ ਜਿਹੜੀਆਂ ਔਰਤਾਂ ਉਹ ਆਪਣਾ ਮੂੰਹ ਕਵਰ ਨਹੀਂ ਕਰਦੀਆਂ ਬੁਰਕੇ ਦੇ ਅੰਦਰ। ਹਾਂਜੀ ਹਾਂਜੀ। ਤੇ ਉਸ ਔਰਤ ਦੇ ਇਹਨਾਂ ਨੇ ਥੱਪੜ ਮਾਰਤਾ ਇੱਕ ਮਤੂਏ ਨੇ, ਅਲ ਕਸੀਮ ਏਰੀਆ ਇੱਥੇ ਇੱਕ। ਤੇ ਉਹ ਥੋੜਾ ਜਿਹਾ ਇਸ਼ੂ ਮਤਲਬ ਹਾਈਲਾਈਟ ਹੋ ਗਿਆ, ਗੌਰਮੈਂਟ ਤੱਕ ਪਹੁੰਚ ਗਿਆ, ਕਿਉਂਕਿ ਜਿਹੜੇ ਇੱਥੇ ਸਾਊਦੀ ਅਰਬ ਦੇ ਲੋਕ ਆਏ, ਜਿਹੜੇ ਆਪਣੇ ਇੱਥੋਂ ਦੇ ਸ਼ੇਖ ਆਏ, ਉੱਥੇ ਮੈਰਿਜ ਕਰਾਉਂਦੇ ਜਾ ਕੇ, ਉੱਥੋਂ ਮਿਸਰ ਚੋਂ ਔਰਤਾਂ ਖਰੀਦ ਕੇ ਲਿਆਉਂਦੇ ਆ। ਅੱਛਾ। ਜਦੋਂ ਇਹ ਇਸ਼ੂ ਹਾਈਲਾਈਟ ਹੋਇਆ ਤੇ ਉਹਨਾਂ ਨੇ ਮਤਲਬ ਇਹਨਾਂ ਨੂੰ ਮਨਾ ਕਰਤਾ ਵੀ ਸਾਡੀ ਕੋਈ ਵੀ ਔਰਤ ਅਸੀਂ ਤੁਹਾਨੂੰ ਮਤਲਬ ਮੈਰਿਜ ਵਾਸਤੇ ਕੋਈ ਵੀ ਲੜਕੀ ਨਹੀਂ ਦੇਵਾਂਗੇ, ਆਫਰ ਨਹੀਂ ਕਰਾਂਗੇ ਬਿਲਕੁਲ। ਹਾਂਜੀ ਹਾਂਜੀ। ਫਿਰ ਇਹਨਾਂ ਨੇ ਗੌਰਮੈਂਟ ਨੇ ਇਹ ਮਤਲਬ ਜਿਹੜਾ ਸੀ ਇਹ ਮਤੂਏ ਵਾਲਾ ਸਿਸਟਮ ਖਤਮ ਕੀਤਾ, ਫਿਰ ਰਾਤੋ ਰਾਤ ਇਹਨਾਂ ਚੱਕ ਚੱਕ ਕੇ ਉਹ ਮਤੂਏ ਖਤਮ ਕੀਤੇ। ਤੇ ਇਹਨਾਂ ਨੂੰ ਵੀ ਹੁਣ ਸਾਡੀ ਕੌਮ ਦੇ ਵਿੱਚ ਜਿਹੜਾ ਆਉਣ ਵਾਲਾ ਯੂਥ ਆ ਉਹਨਾਂ ਨੂੰ ਵੀ ਇਹ ਚ, ਕਿਉਂਕਿ ਹੁਣ ਪ੍ਰਿੰਸ ਜਿਹੜਾ ਬੈਠਾ ਇੱਥੇ, ਇੱਕ ਜਿਹੜਾ ਪਹਿਲਾਂ ਅਬਦੁੱਲਾ ਹੁੰਦਾ ਸੀ ਰਾਜਾ, ਉਹਦਾ ਮਤਲਬ ਭਤੀਜਾ ਬੈਠਾ ਹੈ ਹੁਣ ਰਾਜਾ, ਇਹਦਾ ਨਾਂ ਸਲਮਾਨ ਆ। ਇਸ ਲੜਕੇ ਨੇ ਨਿਊ ਜਨਰੇਸ਼ਨ ਦਾ ਲੜਕਾ ਸੀ, 31 ਏਜ ਦੀ ਜੀ। ਤੇ ਇਸ ਲੜਕੇ ਨੇ ਮਤੂਏ ਖਤਮ ਕੀਤੇ ਜਦੋਂ ਬਹਿਣ ਤੋਂ ਬਾਅਦ। ਬਹੁਤ ਅੱਛਾ, ਬਹੁਤ ਵਧੀਆ ਇਨਫੋਰਮੇਸ਼ਨ। ਤੇ ਸਾਡੀ ਜਨਰੇਸ਼ਨ ਨੂੰ, ਆਉਣ ਵਾਲੀ ਜਨਰੇਸ਼ਨ ਜਿਹੜੀ ਸਾਡੀ ਪੀੜ੍ਹੀ ਆ, ਸਿੱਖ ਪੀੜ੍ਹੀ ਆ, ਉਹਨਾਂ ਨੂੰ ਇਹ ਮਤੂਏ ਖਤਮ ਕਰਨੇ ਪੈਣਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਰਣਜੋਤ ਸਿੰਘ ਜੀ। ਹਾਂਜੀ ਹਾਂਜੀ, ਬਹੁਤ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ। ਇੱਕ ਗੱਲ ਹੋਰ ਐਡ ਕਰ ਲਈਏ ਵੀ ਆਪਾਂ ਕਹਿੰਦੇ ਆ ਵੀ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਬਣੇ ਬੈਠੇ ਆ। ਹਾਂਜੀ, ਹੈਰਾਨੀ ਇਹਨਾਂ ਨੂੰ ਸ਼ਰਮ ਨੀ ਆਉਂਦੀ ਵੀ ਇਹਨਾਂ ਦਾ ਵੀ ਸਾਹਿਬ ਉਹ ਹੀ ਆ, ਜਾਣਦੇ ਹੀ ਆ ਸਰਦਾਰ ਜੋਤ ਸਿੰਘ ਜੀ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦਾ ਸਾਹਿਬ ਵੀ ਉਹ ਹੀ ਆ
ਮੈਨੂੰ ਲੱਗਦਾ ਵੀ ਆਪਾਂ ਨੂੰ ਫੋਨ ਇੱਕ ਹੋਰ ਆ ਰਿਹਾ, ਚਲੋ ਲੋ ਕਾਲ ਲੋ ਲੈ ਲੈਣੇ, ਤੁਸੀਂ ਕਰੋ ਕੋਈ ਨੀ ਗੱਲਬਾਤ ਜਾਰੀ। ਮੈਂ ਇਹ ਕਹਿੰਦਾ ਵੀ ਇਹ ਕਿੱਦਾਂ ਲੋਕ ਇਹਨਾਂ ਨੂੰ ਕਿਸ ਮੂੰਹ ਦੇ ਨਾਲ ਸਿੰਘ ਸਾਹਿਬ ਕਰੀ ਜਾਂਦੇ ਆ, ਕਿੰਨੇ ਸਾਡੇ ਸਾਹਿਬ ਆ। ਮਸਲਾ ਤੇ ਇਹੋ ਹੀ ਹੈ, ਨਿਸ਼ਾਨ ਸਾਹਿਬ ਜੇ ਗੁਰਬਾਣੀ ਮਾਲਾ ਸਾਹਿਬ ਦਾਤਰ ਸਾਹਿਬ ਹਾਂ ਵੀ ਇੰਨੇ ਸਾਹਿਬ ਸਾਡੇ। ਮੈਨੂੰ ਲੱਗਦਾ ਵੀ ਆਪਣੇ ਨਾਲ ਕਾਲ ਦੇ ਉੱਤੇ ਕੋਈ ਵੇਖੀ ਪੁੱਛੀ ਕੌਣ ਹੈ ਜੀ। ਹਾਂਜੀ ਵਾਹਿਗੁਰੂ ਜੀ ਖਾਲਸਾ ਜੀ ਫਤਿਹ ਜੀ। ਹਾਂਜੀ 4008 ਲਾਸਟ ਦਾ ਨੰਬਰ ਹੈ ਜੀ ਤੁਹਾਡਾ, ਮੈਨੂੰ ਲੱਗਦਾ ਵੀ ਨਿਊ ਕਾਸਲ ਤੋਂ ਆਏ। ਹੈਲੋ ਹੈਲੋ, ਮੈਨੂੰ ਲੱਗਦਾ ਵੀ ਫੋਨ ਚਲੋ। ਹਾਂਜੀ ਨਿਊ ਕਾਸਲ ਤੋਂ ਨੰਬਰ ਜੇ ਤੁਹਾਡਾ ਇੱਕ ਹੋਰ ਵਿੱਚ ਫੋਨ ਮਰਜ ਹੋਇਆ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਬੋਲੋ ਜੀ। ਹਾਂਜੀ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ। ਹਾਂਜੀ ਮੈਂ ਮਨਪ੍ਰੀਤ ਕੌਰ ਨਿਊ ਕੈਸਲ ਤੋਂ ਬੋਲਦੀ ਆ। ਵਾਹ ਜੀ ਵਾਹ। ਹਾਂਜੀ ਹਾਂਜੀ ਮੈਂ ਸਰਦਾਰ ਸੇਵਾ ਸਿੰਘ ਜੀ ਹੋਰਾਂ ਦੀ ਗੱਲ ਤੋਂ ਬਿਲਕੁਲ ਬਿਲਕੁਲ ਮੈਂ ਮੰਨਦੀ ਆ ਕਿ ਜਥੇਦਾਰ ਨਹੀਂ ਹੋਣਾ ਚਾਹੀਦਾ, ਇਹ ਸੇਵਾਦਾਰ ਨੇ ਸਾਡੇ। ਹਾਂਜੀ ਹਾਂਜੀ। ਪਰ ਜੇ ਅਸੀਂ ਮੰਨ ਵੀ ਲਈਏ ਕਿ ਇਹ ਜਥੇਦਾਰ ਨੇ, ਹਾਂਜੀ ਹਾਂਜੀ ਹਾਂਜੀ, ਜੇ ਅਸੀਂ ਮੰਨ ਵੀ ਲਈਏ ਕਿ ਜਥੇਦਾਰ ਨੇ, ਇੱਕ ਮਿੰਟ ਹੋਰ ਰੱਖੋ ਕਿ ਜੀ ਸਵੀਟ ਨਾਲ। ਹਾਂਜੀ ਹਾਂਜੀ, ਜੇ ਅਸੀਂ ਮੰਨ ਵੀ ਲਈਏ ਜਥੇਦਾਰ ਨੇ ਤੇ ਜਥੇਦਾਰ ਦਾ ਮਤਲਬ ਹੁੰਦਾ ਲੀਡਰ। ਹਾਂਜੀ ਹਾਂਜੀ। ਜੇ ਆਪਾਂ ਦੁਨੀਆਂ ਦੀ ਕਿਸੇ ਵੀ ਜੋਬ ਦੇ ਵਿੱਚ ਜਾਈਏ ਤੇ ਜਥੇਦਾਰ ਦੇ 6 ਸਕਿੱਲ ਹੋਣੇ ਚਾਹੀਦੇ ਨੇ, ਬਹੁਤ ਜ਼ਰੂਰੀ ਸਕਿੱਲ। ਜੇ ਤੁਸੀਂ ਕਿਸੇ ਨੂੰ ਜਥੇਦਾਰ ਕਹਿਣਾ ਵਾ, ਜੇ ਕਿਸੇ ਨੂੰ ਤੁਸੀਂ ਲੀਡਰ ਕਹਿਣਾ ਵਾ, ਜਿਸ ਨੂੰ ਆਪਾਂ ਟੀਮ ਲੀਡਰ ਵੀ ਕਹਿ ਦਿੰਦੇ ਹਾਂ, ਬਿਲਕੁਲ ਬਿਲਕੁਲ। ਹਾਂਜੀ ਤੇ ਉਹ 6 ਸਕਿੱਲ ਇਹ ਹੈਗੇ ਆ ਕਿ ਜਿੱਦਾਂ ਪਹਿਲੇ ਨੰਬਰ ਤੇ ਕੌਨਫੀਡੈਂਟ। ਹਾਂਜੀ ਠੀਕ, ਇਹਨਾਂ ਵਿੱਚੋਂ ਇਹਨਾਂ ਵਿੱਚ ਕੌਨਫੀਡੈਂਸ ਕੀ ਇਹ ਕੌਨਫੀਡੈਂਟ ਹੈਗੇ ਵੀ ਨੀ ਕਿਉਂਕਿ ਇਹ ਬਾਦਲ ਦੇ ਕਹੇ ਤੇ ਚਲਦੇ ਆ। ਬਿਲਕੁਲ ਇਹਨਾਂ 6 ਸਕਿੱਲਸ ਨੂੰ ਅਸੀਂ ਜੇ ਕਸੌਟੀ ਤੇ ਲਾਈਏ ਤਾਂ ਇਹਨਾਂ ਜਥੇਦਾਰ ਕਹੀਏ, ਜੇ ਆਪਾਂ ਇਹ ਕਸੌਟੀ ਨਹੀਂ ਬਣਾਉਂਦੇ ਤੇ ਇਹਨਾਂ ਜਥੇਦਾਰ ਨਹੀਂ, ਇਹ ਸੇਵਾਦਾਰ ਦੇ ਵੀ ਹੱਕਦਾਰ ਨਹੀਂ ਹੈਗੇ। ਬਿਲਕੁਲ ਠੀਕ ਹੈ, ਮੈਂ ਤੁਹਾਨੂੰ ਬਿਲਕੁਲ, ਕਿਉਂਕਿ ਜੇ ਹੁਣੇ ਤੁਸੀਂ ਫੋਨ ਕੀਤਾ ਹਰਦਿਆਲ ਸਿੰਘ ਸੇਵਾਦਾਰ ਨੂੰ, ਉਹ ਸੇਵਾਦਾਰ ਅਸਲੀ ਸੀਗੇ ਕਿ ਉਹਨਾਂ ਨੇ ਆਪਣੀ ਸੇਵਾ ਨਿਭਾਈ ਇਹਨਾਂ ਪ੍ਰਤੀ ਜੀ। ਉਸਨੇ ਆਪਣੇ ਆਪਣੀ ਨੀਂਦ ਨੂੰ ਛੱਡ ਕੇ ਕਿ ਫੋਨ ਆਇਆ ਮੈਂ ਚੁੱਕਣਾ ਮੈਂ ਜਵਾਬ ਦੇਣਾ ਹੈ, ਉਸਨੇ ਜਵਾਬ ਦਿੱਤਾ। ਬਿਲਕੁਲ ਉਹ ਅਸਲੀ ਸੇਵਾਦਾਰ ਹੈ, ਉਹ ਅਸਲੀ ਸੇਵਾਦਾਰ ਹੈ, ਸੇਵਾਦਾਰ ਵੀ ਨਹੀਂ। ਬਿਲਕੁਲ ਠੀਕ, ਬਹੁਤ ਅੱਛਾ ਬਹੁਤ ਅੱਛਾ। ਹਾਂਜੀ ਜਥੇਦਾਰਾਂ ਦੇ 6 ਸਕਿੱਲਸ ਮੈਂ ਤੁਹਾਨੂੰ ਸਕਿੱਲ ਦੱਸ ਦੇਣਾ ਚਾਹੁੰਦੀ ਹਾਂ, ਐਕਸਪਲੇਨ ਤੁਸੀਂ ਆਪ ਕਰ ਲਿਆ ਜੇ। ਪਹਿਲਾ ਸਕਿੱਲ ਹੁੰਦਾ ਕੌਨਫੀਡੈਂਸ, ਉਹਨਾਂ ਚ ਬਿਲਕੁਲ ਨੀ ਹੈਗਾ। ਫੋਕਸ ਤੇ ਹੈ ਹੀ ਨੀ ਕਿਸੇ ਮੁੱਦੇ ਤੇ, ਕਿਸੇ ਮੁੱਦੇ ਨੇ ਕੋਈ ਕਿਸੇ ਵੀ ਇੰਨਾ ਕੁਛ ਪੰਜਾਬ ਦੇ ਵਿੱਚ ਹੋ ਰਿਹਾ ਵਾ, ਅੱਜ ਜਗਤਾਰ ਸਿੰਘ ਜੱਗੀ ਹੋਣਾ ਨੀ ਆਪਾਂ ਲੈ ਲਈ, ਇੰਨਾ ਕੁਛ ਹੋ ਰਿਹਾ ਵਾ, ਕਿਸੇ ਮੁੱਦੇ ਦੇ ਵਿੱਚ ਫੋਕਸ ਨੀ ਨੇ। ਜੇ ਸਾਡੇ ਅਕਾਲ ਤਖ਼ਤ ਦੇ ਜਥੇਦਾਰ ਨੇ, ਸਾਡੇ ਤਖ਼ਤਾਂ ਦੇ ਜਥੇਦਾਰ ਨੇ, ਤੇ ਕਿਹੜੀ ਗੱਲ ਨੂੰ ਫੋਕਸ ਕਰ ਰਹੇ ਨੇ, ਕਿਸ ਚੀਜ਼ ਦਾ ਮੈਸੇਜ ਸਾਨੂੰ ਦੇ ਰਹੇ ਨੇ। ਓਨੈਸਟੀ ਨਾਮ ਦੀ ਤੇ ਅੰਦਰ ਚੀਜ਼ ਹੀ ਨੀ ਹੈਗੀ ਕੋਈ ਵੀ, ਓਨੈਸਟੀ ਤੇ ਲਾਗੇ ਲਾਗੇ ਬਹੁਤ ਨੇ। ਏਡਾ ਵੱਡਾ ਹੋਟਲ ਬਣਾ ਲਿਆ ਬਗੈਰ ਓਨੈਸਟੀ ਤੋਂ ਬਣਾ ਲਿਆ, ਹਾਂਜੀ ਓਨੈਸਟੀ ਤੇ ਉਹਨਾਂ ਚ ਹੈਗੀ ਆ। ਹਾਂਜੀ ਤੇ ਪੋਜ਼ਿਟਿਵਿਟੀ ਸਾਡਾ 4 ਨੰਬਰ, ਪੋਜ਼ਿਟਿਵਿਟੀ ਦਾ ਮਤਲਬ ਇਹ ਆ ਕਿ ਅਸੀਂ ਆਪਣੀ ਗੱਲਾਂ ਨਾ ਕਿਸੇ ਹੋਰ ਨੂੰ ਪੋਜ਼ਿਟਿਵ ਬਣਾ ਦੇਣਾ ਦੁਨੀਆਂ ਦੇ ਵਿੱਚ। ਇੰਨੇ ਲੋਕ ਆਪਣਾ ਕੈਂਪ ਚਲਾ ਰਹੇ ਨੇ, ਇੱਕ ਸੰਦੀਪ ਮਹੇਸ਼ਵਰੀ ਕਰਕੇ ਬੰਦਾ ਵਾ ਜਿਹੜਾ ਲੋਕਾਂ ਨੂੰ ਪੋਜ਼ਿਟਿਵ ਮੈਸੇਜ ਦੇ ਕੇ ਉਹਨਾਂ ਨੂੰ ਪੋਜ਼ਿਟਿਵ ਕਰ ਰਿਹਾ ਵਾ ਜੀ।
ਜਿਹੜੇ ਆ ਸਾਡੇ ਜਥੇਦਾਰ ਨੇ, ਜਿਹੜੇ ਪੰਜ ਸਾਡੇ ਅਕਾਲ ਤਖ਼ਤ ਦੇ ਜਥੇਦਾਰ ਨੇ, ਇਹ ਇਹ ਕਿਸ ਤਰੀਕੇ ਦੀ ਪੋਜ਼ਿਟਿਵਿਟੀ ਸਿੱਖ ਕੌਮ ਦੇ ਵਿੱਚ ਪਾ ਰਹੇ ਨੇ? ਹੁਕਮਨਾਮੇ ਜਾਰੀ ਕਰਕੇ ਛੇਕ ਕੇ ਜੀ, ਇਹ ਸਿਰਫ ਪੋਜ਼ਿਟਿਵਿਟੀ ਬਾਦਲ ਨੂੰ ਦੇ ਰਹੇ ਨੇ ਜਾਂ ਬਾਬੇ ਰਾਮ ਰਹੀਮ ਨੂੰ ਦੇ ਰਹੇ ਨੇ ਜਾਂ ਮਾੜੇ ਤੋਂ ਮਾੜਾ ਜਿਹੜਾ ਬੰਦਾ ਪੰਜਾਬ ਦੇ ਵਿੱਚ ਆ ਉਸ ਨੂੰ ਦੇ ਰਹੇ ਨੇ? ਹਾਂਜੀ ਹਾਂਜੀ, ਥੋੜਾ ਜਿਹਾ ਆਪਾਂ ਜਲਦੀ ਕਰ ਲਈ, ਟਾਈਮ ਦੀ ਥੋੜੀ ਜਿਹੀ ਘਾਟ ਹੈ। ਹਾਂਜੀ, ਸਾਡਾ ਸਾਡਾ ਪੰਜਵਾਂ ਨੰਬਰ ਹੈ ਡਿਸਾਈਸਿਵ। ਇਹ ਬਿਲਕੁਲ ਡਿਸੀਜਨ ਕੋਈ ਵਧੀਆ ਡਿਸੀਜਨ ਕਿਸੇ ਵੀ ਮਾਮਲੇ ਚ ਨਹੀਂ ਲੈ ਰਹੇ, ਲੈ ਸਕਦੇ ਨਹੀਂ। ਇਹਨਾਂ ਨੇ ਅੱਜ ਤੱਕ ਕੋਈ ਵੀ ਸਹੀ ਡਿਸੀਜਨ ਨਹੀਂ ਲਿਆ। ਰਾਮ ਰਹੀਮ ਨੂੰ ਇਹਨਾਂ ਨੇ ਮਾਫੀ ਦੇ ਦਿੱਤੀ ਪਰ ਦੁਨੀਆ ਦੀ ਫਿਰ ਮੁੱਕਰ ਗਏ, ਕੋਰਟ ਨੇ ਉਸਨੂੰ ਸਜ਼ਾ ਦਿੱਤੀ। ਇੰਸਪਾਇਰ ਤੇ ਕਿਸੇ ਨੂੰ ਕਰਦੇ ਹੀ ਨਹੀਂ, ਤੇ ਜੇ ਛੇ ਜਿਹੜੇ ਸਕਿੱਲ ਇੰਸਪਾਇਰ ਕਰਦੇ ਨੇ, ਆਪੇ ਲੋਕਾਂ ਕੋਲ ਚਿੱਠੀਆਂ ਲਿਖਵਾ ਕੇ ਤੇ ਆਪੇ ਇਸ਼ੂ ਬਣਾ ਕੇ, ਕਿਸੇ ਦੇ ਪ੍ਰਚਾਰ ਤੇ ਪਾਬੰਦੀ ਲਾਉਣੀ ਹੋਵੇ, ਕੋਈ ਗੁਰਮੁਲ ਤੋਂ ਉਲਟ ਗੱਲ ਕਰਨੀ ਹੋਵੇ, ਉਹ ਲਈ ਇੰਸਪਾਇਰ ਕਰਦੇ ਆ ਇਹ। ਹਾਂਜੀ, ਬੜੀ ਮਿਹਰਬਾਨੀ, ਬਹੁਤ ਵਧੀਆ ਤੁਹਾਡੇ। ਹਾਂਜੀ, ਨਹੀਂ ਨਹੀਂ, ਜੇ 6 ਸਕਿੱਲਸ ਨੂੰ ਫੋਲੋ ਕਰਦੇ ਆ ਤੇ ਜਥੇਦਾਰ ਕਹਿ ਲਓ, ਨਹੀਂ ਤਾਂ ਪਲੀਜ਼ ਇਹਨਾਂ ਨੂੰ ਸੇਵਾਦਾਰ ਵੀ ਨਾ ਕਹੋ। ਬਿਲਕੁਲ ਠੀਕ, ਤੁਹਾਡੀ ਗੱਲ, ਬੜੀ ਮਿਹਰਬਾਨੀ, ਬਹੁਤ ਧੰਨਵਾਦ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਕੁਝੇ ਚ ਸਮੁੰਦਰ ਬੰਦ ਕਰ ਦਿੱਤਾ, ਕਮਾਲ ਕਰਦੇ ਹੈ, ਕਮਾਲ ਕਰਦੇ। ਨਹੀਂ, ਇਹੋ ਜਿਹੇ ਪੜ੍ਹੇ ਲਿਖੇ ਆਪਣੇ ਹੈਗੇ ਨੇ ਗੁਰਸਿੱਖ, ਇਹਨਾਂ ਦੇ ਸੁਝਾਅ ਬੜੇ ਕੀਮਤੀ ਨੇ। ਮੈਨੂੰ ਯਾਦ ਆ ਗਈ ਗੁਰੂ ਆਪਣੇ ਜਪਜੀ ਦੀ ਪੰਕਤੀ, ਯਾਦ ਆ ਗਈ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚਾਂ ਕਾ ਗੁਰ ਏਕ ਦਿਹਾਨ। ਪੰਚ ਕੌਣ ਨੇ? ਜਿਹੜੇ ਉੱਤੋਂ ਸੁਣਦੇ ਤੇ ਮੰਨਦੇ ਆਏ ਨੇ, ਉਹੋ ਹੀ ਪੰਚ ਬਣੇ ਨੇ, ਉਹੋ ਹੀ ਗੱਲ ਲੀਡਰਸ਼ਿਪ ਦੀ ਕੁਆਲਿਟੀ ਉਭਾਰ ਕੇ ਸਾਹਮਣੇ। ਬਿਲਕੁਲ ਬਿਲਕੁਲ, ਕੀ ਬਾਤ ਹੈ। ਸਰਦਾਰ ਜਸਵੀਰ ਸਿੰਘ ਅਲਾਓ ਕਰਨ ਤੇ 2-3 ਮਿੰਟ ਹੋਰ ਤੇ ਆਪਾਂ ਲੈ ਲੈਣੇ ਆ, ਪੁੱਛ ਲਓ ਮਾੜਾ ਜਿਹਾ ਉਹਨਾਂ ਨੂੰ। ਹਾਂਜੀ ਠੀਕ ਹੈ ਜੀ, ਸਰਦਾਰ ਜਸਵੀਰ ਸਿੰਘ ਆਉਂਦੇ ਨੇ, ਵੀ ਕਾਲ ਲੈ ਲਓ। ਤੇ ਸਾਡੇ ਨਾਲ ਮੈਨੂੰ ਲੱਗਦਾ ਇਸ ਵੇਲੇ ਜੁੜ ਚੁੱਕੇ ਨੇ ਗੁਲਜ਼ਾਰ ਸਿੰਘ, ਮੇਰੇ ਖਿਆਲ ਸਿਆਟਲ ਤੋਂ। ਹਾਂਜੀ, ਮੈਂ ਤੁਹਾਨੂੰ ਹੋਲਡ ਤੇ ਲਾਇਆ ਸੀ ਸਰਦਾਰ ਗੁਲਜ਼ਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਤੁਹਾਡੀ ਆਵਾਜ਼ ਬੜੀ ਫਰੈਸ਼ ਆ ਰਹੀ ਜੇ, ਤੁਸੀਂ ਜਹੇਦਾਰ ਵਾਂਗੂ ਸੁੱਤੇ ਤਾਂ ਨਹੀਂ? ਨਹੀਂ, ਸੌਣ ਤੁਸੀਂ ਕਿੱਥੇ ਦਿੰਦੇ ਜੇ, ਕਿਤੇ ਦੇ ਫੰਡਰਗਾਂ ਦੀ ਮੰਜੀ ਦੀਆਂ ਚੂਲਾਂ ਕੱਸ ਦਿੰਦੇ ਜੇ, ਜਹੇਦਾਰ ਤਾਰੇ ਸੋ ਕੇ ਸੁੱਤੇ ਤੇ ਉਹਨਾਂ ਦੀਆਂ ਤੁਸੀਂ ਢਿੱਲੀਆਂ ਕਰ ਦਿੰਦੇ ਜੇ। ਅਸੀਂ ਫਿਰ ਕੌਮ ਦਾ ਹਿੱਸਾ ਅਸੀਂ ਤੇ ਕਹਿੰਦੇ ਆ ਵੀ ਮੰਜੀ ਚੀਂ ਚੀਂ ਕਰੇ ਹੀ ਨਾ, ਜਦੋਂ ਮੰਜੀ ਚੀਂ ਚੀਂ ਕਰਦੀ ਹੈ ਨਾ ਉਦੋਂ ਮੰਜੀ ਕਸਣੀ ਪੈਂਦੀ ਹੈ। ਮੰਜੀ ਚੁੱਪ ਕਰਕੇ ਆਪਣਾ ਕੰਮ ਕਰੇ ਜਿਹੜਾ ਉਹਦਾ ਕੰਮ ਆ। ਸਾਨੂੰ ਦੁੱਖ ਮਹਿਸੂਸ ਹੋਣ ਡਿਆ ਵੀ ਸਾਡੀ ਕੌਮ ਦੇ ਜੱਫੇ ਮਾਰਾਂ ਦੀਆਂ ਤੁਸੀਂ ਮੰਜੀਆਂ ਢਿੱਡੀਆਂ ਕਹਿੰਦੇ, ਸਾਨੂੰ ਨੀਂਦ ਕਿੱਥੋਂ ਆਉਣੀ ਤੇ ਅਮਰੀਕਾ ਚ ਵੀ। ਤੇ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਦੇ ਸੰਬੰਧੀ, ਜੇ ਕੋਈ ਤੁਹਾਡਾ ਵਿਚਾਰ ਜਾਂ ਕੋਈ ਤੁਸੀਂ ਕਮੈਂਟ ਕਰਨਾ ਚਾਹੋ? ਬਹੁਤ ਵਧੀਆ ਤੁਹਾਡੇ ਵਿਚਾਰ ਨੇ ਜੀ, ਮੈਂ ਸਾਰਾ ਵਿਚਾਰ ਸੁਣਿਆ, ਸਤਿਕਾਰਯੋਗ ਸਾਡੇ ਭੈਣ ਜੀ ਵੀ ਕੀਤੇ ਗਏ ਆ। ਬਾਕੀ ਇਹਨਾਂ ਕੋਲੋਂ ਜਿੰਨਾ ਚਿਰ ਕੌਮ ਦਾ ਸਤਿਕਾਰਾ ਨਹੀਂ ਨਾ ਹੁੰਦਾ, ਕੌਮ ਅੱਗੇ ਨਹੀਂ ਤੁਰ ਸਕਦੀ।
ਇਹ ਜੱਫੇ ਮਾਰ ਆ ਜਥੇਦਾਰ ਤੇ ਇਹਨਾਂ ਨੂੰ ਕਹਿਣਾ ਹੀ ਜਥੇਦਾਰ ਸ਼ਬਦ ਦੀ ਤੁਹੀਨ ਆ। ਬਿਲਕੁਲ ਬਹੁਤ ਅੱਛਾ ਬਿਲਕੁਲ ਸਹੀ ਕਿਹਾ। ਤੇ ਬਾਕੀ ਤੁਸੀਂ ਲੱਗੇ ਰਹੋ ਤਗੜੇ ਹੋ ਕੇ। ਉਹ ਜਿਹੜੀ ਫੰਡਰ ਗਾਂ ਆ ਉਹ ਤੇ ਹੁਣ ਵਿਚਾਰੀ ਮੇਰਾ ਖਿਆਲ ਫੰਡਰ ਤੋਂ ਵੀ ਗਾਂ ਤੇ ਉਹਦਾ ਅਹੁਦਾ ਬਣ ਗਿਆ, ਉਹ ਤੋਂ ਭੱਜੀ ਫਿਰਦੀ ਆ। ਉਹ ਤੁਸੀਂ ਵੇਖਿਓ ਸਹੀ, ਸਾਨੂੰ ਅਜੇ ਨਾ ਸਾਨੂੰ ਕਿਸੇ ਵੇਲੇ ਦੇਰੀ ਹੋ ਜਾਂਦੀ ਹੈ ਆਡੀਓ ਵੀਡੀਓ ਪਾਉਣ ਦੀ, ਉਹ ਸਾਡੇ ਤੋਂ ਵੀ ਪਹਿਲਾਂ ਪਾ ਦਿੰਦਾ ਹੈ। ਸੋ ਮਤਲਬ ਕਾਫੀ ਚੰਗੀ ਐਡਮਿਨਿਸਟ੍ਰੇਸ਼ਨ ਕਰਦਾ ਸਾਡੇ ਹੱਥੇ, ਚਲੋ ਖੁਸ਼ੀ ਹੁੰਦੀ ਹੈ ਵੀ ਸਾਡੇ ਕੋਲ ਲੇਟ ਹੋ ਜਾਂਦਾ, ਸਰੋਤੇ ਸੁਣ ਲੈਂਦੇ ਨੇ। ਨਹੀਂ ਫੰਡਰ ਗਾਂ ਨੇ ਕਿਹੜਾ ਦੁੱਧ ਦੇਣਾ ਹੁੰਦਾ, ਤੁਹਾਨੂੰ ਤੇ ਕੁਝ ਨਾ ਕੁਝ ਗੁਰਬਾਣੀ ਦੇ ਵਿੱਚੋਂ ਲਿਆ ਕੇ ਸੁੱਟਣਾ, ਉਹਨੇ ਕਪੂਰ ਨੂੰ ਸੁਣਨਾ ਤੇ ਕਪੂਰ ਤੋਂ ਸੁਣ ਕੇ ਕਰਨਾ। ਹੁਣ ਤੇ ਕਪੂਰ ਵੀ ਜਿਹੜਾ ਉਹਨਾਂ ਨੂੰ ਵਿਚਾਰਿਆਂ ਦਾ ਕਰ ਰਿਹਾ ਵੀ ਇਹਦੇ ਮੇਰਾ ਭੱਠਾ ਲੱਗੇ ਭਾਉਣਾ। ਹਾਂ ਨਹੀਂ ਉਹ ਉਹ ਅਸੀਂ ਅੱਜ ਜਾਰੀ ਕਰਾਂਗੇ ਤਸਵੀਰ ਵੀ ਕਪੂਰ ਕਹਿੰਦਾ ਵੀ ਦਵਾਈ ਰੱਬ ਦੀ ਜੇ ਵੀ ਮੇਰੇ ਤੋਂ ਵੀ ਕਾਹਲੇ ਪੈ ਗਏ ਆ ਕਈ, ਵਿਦਵਾਨ ਮਨਾਲ ਜਿਹੜਾ ਵੰਜੀ ਠੋਕਣਾ ਹੱਥੇ ਤੁਰੇ ਆ। ਨਹੀਂ ਇਹਨਾਂ ਨੇ ਉਹੀ ਗੱਲ ਨਾ ਵੀ ਜਿਹੜੀ ਆਪਾਂ ਗੱਲ ਗੁਰਬਾਣੀ ਦੇ ਰਾਹੀਂ ਕੀਤੀ ਸੀ ਵੀ ਸੇਵਕ ਤੋਂ ਜਿਹੜਾ ਵਾ ਜਨ ਤੋਂ ਪ੍ਰਭ ਦਾ ਪਤਾ ਲੱਗਦਾ ਹੈ ਤੇ ਪ੍ਰਭ ਤੋਂ ਜਨ ਦਾ ਪਤਾ ਲੱਗਦਾ ਹੈ। ਵਾਹ ਵਾਹ ਕੀ ਬਾਤ ਆ। ਹਾਂਜੀ ਤੁਹਾਡਾ ਜਿਹੜਾ ਜਨ ਹੈ ਨਾ ਉਹ ਡਿਫਾਈਨ ਕਰਦਾ ਵੀ ਉਹਦਾ ਰੱਬ ਕਿੱਦਾਂ ਦਾ ਜਾਂ ਉਹਦਾ ਗੁਰੂ ਕਿੱਦਾਂ ਦਾ ਹੈ। ਬਿਲਕੁਲ ਜੀ ਬਿਲਕੁਲ ਬਿਲਕੁਲ। ਹੁਣ ਇਹ ਇਹ ਮਤਲਬ ਜਦੋਂ ਇੱਦਾਂ ਦੀਆਂ ਗਾਲਾਂ ਕੱਢਦੇ ਨੇ ਉਹ ਤੋਂ ਅੱਕ ਕੇ ਮੈਨੂੰ ਲੱਗਦਾ ਉਹਨੇ ਕਮੈਂਟ ਕੀਤਾ ਕਿਤੇ ਵੀ ਦਵਾਈ ਰੱਬ ਦੀ ਜੇ ਵੀ ਮੇਰੇ ਤੋਂ ਕਾਲੇ ਨਾ ਪਾਓ। ਉਹਨੇ ਤਾਂ ਕਦੀ ਗਾਲ ਮੈਂ ਨਾ ਹੀ ਸੁਣੀ ਨਾ ਕੱਢੀ। ਚਲੋ ਜੋ ਉਹਦੀ ਬੈਕਗਰਾਉਂਡ ਜੋ ਉਹਦਾ ਕੰਮ ਕਾਰ ਹੈ ਕਿਵੇਂ ਰਾਸ਼ਟਰਵਾਦੀ ਨੀਤੀਆਂ ਦੇ ਸੰਬੰਧ ਵਿੱਚ ਜਦੋਂ ਅਸੀਂ ਗੱਲ ਕਰਦੇ ਕਿਵੇਂ ਉਹਨਾਂ ਦੇ ਹੱਕ 'ਚ ਭੁਗਤਿਆ ਉਹ ਇੱਕ ਵੱਖਰਾ ਵਿਸ਼ਾ, ਪਰ ਮਾੜਾ ਬੋਲ ਤੇ ਉਹਨੇ ਨਹੀਂ ਕਦੀ ਬੋਲਿਆ। ਬਿਲਕੁਲ ਬਿਲਕੁਲ ਬਿਲਕੁਲ। ਤੇ ਮਾੜਾ ਉਹਨਾਂ ਕੋਈ ਐਜੂਕੇਸ਼ਨ ਹੋਆ, ਉਹ ਕੋਈ ਐਜੂਕੇਸ਼ਨ ਦੇ ਹਿਸਾਬ ਨਾਲ ਗੱਲ ਕਰ ਰਿਹਾ ਇਹ ਸਾਰੇ ਬੰਦੇ ਤੇ। ਹੁਣ ਇਹਨਾਂ ਦਾ ਕੀ ਇਹਨਾਂ ਦਾ ਆਪਣੇ ਮਤਲਬ ਮੂੰਹ ਹੀ ਗੰਦਾ ਕਰਨ ਵਾਲੀ ਗੱਲ ਹੈ ਸਾਨੂੰ ਨਹੀਂ, ਕਿਉਂ ਆਪਾਂ ਆਨਲਾਈਨ ਆ ਸਾਡੇ ਧੀਆਂ ਭੈਣਾਂ ਪਰਿਵਾਰ ਸਾਰੇ ਸੁਣ ਰਹੇ ਆ। ਬਿਲਕੁਲ ਸਾਨੂੰ ਬਹੁਤ ਸੋਚ ਸਮਝ ਕੇ ਕੋਈ ਵੀ ਗੱਲ ਜਿਹੜੀ ਉਹ ਕਰਨੀ ਬਣਦੀ ਆ ਇੱਥੇ ਆਨਲਾਈਨ। ਵੇਖੋ ਤੁਸੀਂ ਪਰ ਚਲੋ ਸਤਿਗੁਰੂ ਸਮਤ ਬਖਸ਼ੇ ਇਹਨਾਂ ਨੂੰ। ਤੁਸੀਂ ਵੇਖੋ ਵੀ ਜੇ ਕਪੂਰ ਨਾਲ ਵਫਾ ਕਰਦੇ ਹੁੰਦੇ ਨਾ ਤੇ ਅਸੀਂ ਖਾਲਸਾ ਨਿਊਜ਼ ਦੇ ਉੱਤੇ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਉਹ ਕਹਿੰਦਾ ਵੀ ਔਰਤ ਦੇ ਸੰਬੰਧ ਵਿੱਚ ਤੇ ਕਦੀ ਵੀ ਮਾੜਾ ਨਹੀਂ ਬੋਲਣਾ। ਅੱਜ ਇਹਨਾਂ ਦੀ ਇਹਨਾਂ ਨੂੰ ਬ੍ਰੌਡਕਾਸਟਿੰਗ ਅਥਾਰਟੀ ਦੇ ਸੰਬੰਧ ਵਿੱਚ ਜਿਹੜੀ ਇਹਨਾਂ ਨੇ ਮੁਆਫੀ ਮੰਗੀ ਹੈ, ਸਭ ਤੋਂ ਵੱਡਾ ਇਲਜ਼ਾਮ ਇਹ ਹੈ ਵੀ ਇਹ ਔਰਤਾਂ ਦੀ ਨਿੱਜੀ ਜ਼ਿੰਦਗੀ ਤੇ ਇਹਨਾਂ ਨੇ ਕਮੈਂਟ ਕੀਤੇ ਨੇ। ਤੁਸੀਂ ਦੱਸੋ ਵੀ ਬੇਸ਼ਰਮੀ ਬੇਹਿਆਈ ਨਾਮ ਦੀ ਕਿਸਮ ਦੀਆਂ ਜਿਨਸਾਂ ਜਿਹੜੀਆਂ ਨੇ ਉਹ ਇਹ ਭੁਲੇਖੇ 'ਚ ਨੇ ਵੀ ਅਸੀਂ ਪਲੈਨਿੰਗ ਦੇਣੀ ਹੈ ਕੌਮ ਨੂੰ ਅਤੇ ਇਹਨਾਂ ਨੂੰ ਜਿਹੜੇ ਮੰਨਣ ਵਾਲੇ ਜਾਂ ਮਾੜੇ ਮੋਟੇ ਫੋਲੋ ਕਰਨ ਵਾਲੇ ਮੈਂ ਉਹਨਾਂ 'ਤੇ ਹੈਰਾਨ ਹੈ ਵੀ ਉਹਨਾਂ ਦੀ ਅਕਲ ਕਿੱਥੇ ਗਈ ਘਾਹ ਚਰਨ ਵਾਸਤੇ। ਭਲੇ ਮਾਰਸ ਉਹਨਾਂ ਨੂੰ ਪਤਾ ਨੀ ਹੁੰਦਾ ਵਿਚਾਰੇ ਇੰਨੀ ਸ਼ਰਧਾ ਚ ਹੁੰਦੇ ਤੇ ਕੁਝ ਬੰਦੇ ਹੁੰਦੇ ਹੀ ਪੇੜ ਆ ਵੀ ਉਹਨਾਂ ਨੂੰ ਨਾ ਮੰਨਣ ਦੀ ਤਨਖਾਹ ਹੀ ਨਾ ਮੰਨਣ ਦੀ ਮਿਲਦੀ ਹੁੰਦੀ ਆ। ਇਹ ਉਹਨਾਂ ਬੰਦਿਆਂ ਚੋਂ ਨਾ ਮੰਨਣ ਵਾਲੇ ਬੰਦਿਆਂ ਤਨਖਾਹ ਇਹਨਾਂ ਨੂੰ ਮਿਲਦੀ ਆ। ਬਿਲਕੁਲ ਬਹੁਤ ਅੱਛਾ ਬਿਲਕੁਲ ਸਹੀ ਕਿਹਾ ਤੇ। ਜਿੰਨੀ ਸੇਧ ਦੇ ਸਕਦੇ ਦਿਓ ਗੁਰਬਾਣੀ ਦੇ ਆਧਾਰ ਤੇ, ਵੱਧ ਤੋਂ ਵੱਧ ਸਾਡੀ ਸੋਚ ਚੇਂਜ ਹੋ ਸਕੇ ਸਾਰਿਆਂ ਦੀ, ਗੁਰੂ ਬਖਸ਼ ਅਸੀਂ ਤੇ ਹਾਂਜੀ ਡਟ ਕੇ ਤੁਹਾਡੇ ਨਾਲ ਆ ਗੁਰਮੁਖ ਪਿਆਰਿਆਂ ਦੇ ਜਿਹੜੇ ਗੁਰੂ ਦੀ ਮੱਤ ਨੂੰ ਅੱਗੇ ਫੈਲਾ ਰਹੇ ਹੋ ਡਟ ਕੇ ਨਾਲ ਆ ਜੀ। ਬਹੁਤ ਬਹੁਤ ਧੰਨਵਾਦ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।